ਦੇਣਾ ਖਤਮ ਕਿਸਾਨੀ ਨੂੰ ਇਹਨਾ ਤੁਗਲਕੀ ਫਰਮਾਨਾਂ ਨੇ ਪ੍ਰਾਣੇ ਜਿਹੜੇ ਹੁੰਦੇ ਸੀਗੇ ਮਹਾਰਾਜੇ ਹਨ ਉਹ ਫਰਮਾਨ ਕਰਦੇ ਸੀਗੇ ਕਿਸੇ ਨੂੰ ਪੁੱਛਣਾ ਨਹੀਂ ਕਿਸੇ ਦੀ ਸਲਾਹ ਨਹੀਂ ਲੈਣੀ ਹਨ ਲੈ ਤੱਕ ਲੈ ਅੱਜ ਪੰਜਾਬ ਸਿਆਂ ਤੇਰੀ ਹੋਣੀ ਇੰਜ ਬਰਵਾਦੀ ਸੀ ਉਹਨਾਂ ਨੇ ਇਹ ਇਦਾਂ ਦੀ ਸਾਰੀ ਜ਼ਮੀਨ ਦੇਖਣੀ ਆਲੇ ਦਾਲੇ ਜਿੰਨੀ ਜ਼ਮੀਨ ਪੈ ਰਹੀ ਆ ਨਾ ਸਾਰੀ ਓਂਕਾਇਰ ਕਰ ਲੈਣੀ ਆ ਆਪ ਦੇ ਅੰਡਰ ਕਰ ਲੈਣੀ ਆ ਆਪ ਦੀ ਅਸੀਂ ਉਹਨਾਂ ਦੇ ਨੌਕਰ ਬਣ ਕੇ ਰਹਿ ਜਾਾਂਗੇ ਕਿ ਨਾ ਜਾਗੋ ਇਹ ਜਾਗਣ ਦਾ ਸਮਾਂ ਨਹੀਂ ਅਸੀਂ ਗੁਲਾਮ ਹੋ ਕੇ ਰਹਿ ਜਾਾਂਗੇ ਸਾਡੀਆਂ ਧੀਆ ਭੈਣਾ ਬੱਚੇ ਇਹਨਾਂ ਦੇ ਆਗੇ ਇੱਥੇ ਗੁਲਾਮ ਖੇਤਾਂ 'ਚ ਕੰਮ ਕਰਿਆ ਕਰਨਗੇ ਅਸੀਂ ਗੁਲਾਮ ਹੋ ਜਾਾਂਗੇ ਇਹਨਾਂ ਦੇ ਮੈਂ ਸਾਰਿਆਂ ਨੂੰ ਕਹਿ ਰਿਹਾ ਵੀਰੇ ਜਾਗੋ ਪਲੀਜ਼ ਜਾਗੋ ਪਲੀਜ਼ ਜਾਗੋ ਪੰਜਾਬ ਦਾ ਨੌਜਵਾਨ ਅੱਜ ਕੱਲ੍ਹ ਸਿੰਗਰਾਂ ਦੇ ਵਿਵਾਦਾਂ 'ਚ ਕਿਰਿਆ ਵਾਏ ਤੇ ਉਹਨਾ ਕਰਕੇ ਲੜ ਰਿਹਾ ਐ ਫੇਸਬੁੱਕ ਤੇ ਦੇਖ ਰਿਆਂ YouTube ਤੇ ਦੇਖ ਰਿਆਂ ਤੁਸੀਂ ਕਿਦਾਂ ਜੱਜ ਕਰਦੇ ਹੋ ਬਈ ਉਹ ਨੌਜਵਾਨਾਂ ਨੂੰ ਆਪਣੇ ਸੰਘਰਸ਼ਾਂ ਲਈ ਲੜਨਾ ਚਾਹੀਦਾ ਜਾਂ ਉਹਦਾਂ ਦੇ ਗਾਣਿਆਂ 'ਤੇ ਲੜਨਾ ਚਾਹੀਦਾ ਇਹ ਸਾਰੇ ਸਿੰਗਰ ਆਪਦੀ ਆਪਦੀ ਖਣਾ ਰੋਟੀ ਬਣਾ ਰਹੇ ਨੇ ਹਨਾ ਜੋ ਵੀ ਤੁਹਾਨੂੰ ਲੱਗਦਾ ਵੀ ਆ ਮੈਂ ਘਰੇ ਬੈਠ ਕੇ ਕਰ ਸਕਦਾ ਉਹ ਕਟੋ-ਕਟ ਕਰੋ ਯਾਰ ਸਾਰਿਆਂ ਨੂੰ ਕਰਨਾ ਚਾਹੀਦਾ ਬਾਈ ਬੱਬੂ ਮਾਨ ਨੇ ਪਾਈ ਆ ਦਲਜੀਤ ਬਾਈ ਨੇ ਪਾਈ ਆ ਅਸੀਂ ਕਾਫੀ ਧੇਰ ਤੋਂ ਕਰਦੇ ਆ ਰਹੇ ਹਾਂ ਹੋਰ ਕਾਫੀ ਸਿੰਗਰ ਨੇ ਹਨ ਬਹੁਤ ਜਾ ਰਹੇ ਨੇ ਸਹਿਯੋਗ ਦਿੱਤਾ ਹੋਰ ਵੀ ਜਿਹੜੇ ਰਹਿ ਗਏ ਤੁਸੀਂ ਯਾਰ ਵੱਧ ਤੋਂ ਵੱਧ ਕਿਸਾਨਾਂ ਨੂੰ ਸਹਿਯੋਗ ਦਿਓ ਪਰ ਆ ਮੁੱਦੇ ਤੇ ਕਿਸਾਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਨਾ ਕਿ ਤੁਹਾਡੇ ਗਾਣੇ ਨੂੰ ਗਾਣੇ ਕਿਸਾਨਾਂ ਦੇ ਕੱਢ ਲਓ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਜਾਵੇ ਕਿਸਾਨੀ ਨਾਲ ਜੁੜਿਆ ਹੈ ਖੇਤਾਂ 'ਚ ਰਹਿੰਦਾ ਹੈ ਤਾਂ ਉਹਨੂੰ ਵੀ ਚਾਹੀਦਾ ਵੀ ਨੌਜਵਾਨਾਂ ਨੂੰ ਅਪੀਲ ਕਰੇ ਉਹਦੇ ਨਾਲ ਨੌਜਵਾਨ ਜੁੜੇ ਨੇ ਸੰਘਰਸ਼ ਤੋਂ ਜੁੜੇ ਨੇ ਹਾਂ ਜ਼ਿੰਮੇਦਾਰਪਾਈ ਆ ਪੈਣ ਦੀ ਲੋੜ ਹੀ ਨਹੀਂ ਕਿ ਨਾ ਉਹਨੇ ਆਪੇ ਕਰ ਦੇਣੀ ਆ ਕਰ ਦੂਗਾ ਜੀ ਜੱਟ ਦਾ ਪੁੱਤ ਆ ਉਹ ਕਰੂਗਾ ਖੇਤਾਂ ਦੇ ਵਿੱਚ ਟਰੈਕਟਰ ਚਲਾਉਂਦਾ 911 ਚਲਾਉਂਦਾ ਕਰੂਗਾ ਉਹ ਕਿਉਂ ਨਹੀਂ ਕਰੂਗਾ ਪੰਜਾਬ ਦਾ ਜਿਹੜਾ ਨੌਜਵਾਨ ਆ ਉਹ ਕਿਤੇ ਨਾ ਕਿਤੇ ਇਸ ਸੰਘਰਸ਼ ਚ ਪਿੱਛੇ ਰਹਿ ਰਿਹਾ ਸਭ ਤੋਂ ਵੱਡਾ ਯੂਥ ਦਾ ਕੰਮ ਆ ਨੌਜਵਾਨ ਦਾ ਕੰਮ ਆ ਬਈ ਉਹ ਐਸੇ ਸੰਘਰਸ਼ਾਂ ਚ ਅੱਗੇ ਆਵੇ ਬਜ਼ੁਰਗ ਨੇ ਜ਼ਿਆਦਾਤਰ ਕਿਸਾਨ ਯੂਨੀਅਨਾਂ ਚ ਦੇਖੇ ਜਾਂਦੇ ਕਿਸਾਨ ਮਰਜੂ ਵੀਰੇ ਤੁਸੀਂ ਸਾਰੇ ਮਰਜੋਗੇ ਖਤਮ ਹੋ ਜਾਊਗੀ ਕਿਸਾਨੀ ਸਾਰੀ ਕੌਮ ਐ ਖਤਮ ਹੋ ਜਾਊਗੀ ਫੇਰਾਂ ਰਿਹਾਂ ਸੁਪਰੇਹਾਂ ਦੇ ਲਾਏ ਫਿਰ ਹੌਲੀ 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 ਕਰਦੇ ਕਰਦੇ ਫੇਰ ਆ ਲਿਆ ਕੇ ਜਿੰਨੀ ਪਨੀਰੀ ਸੀਗੀ ਨਵੀਂ ਸਾਰੀ ਲਿਆ ਕੇ ਸੋਸ਼ਲ ਮੀਡੀਆ ਚ ਵਾੜਦੀ ਦੁਨੀਆਂ ਵੀ ਮੈਂ ਵੀ ਹੁਣ ਤੱਕ ਕੈਸਟਾਂ ਕਰਾਈਆਂ ਨੇ ਅਸੀਂ ਨੇ ਬਾਈ ਜੀ ਵੀ ਅਸੀਂ ਵੀ ਇਦਾਂ ਹੀ ਕਰਾਇਆ ਸਾਡੀ ਆ ਜਮੀਨ ਨਹੀਂ ਕਰਾਈਆਂ ਨੇ ਜਿੰਨੀ ਸਾਡਾ ਝੋਨਾ ਦਿਸਦਾ ਜੀਰੀ ਦਿਸਦੀ ਆ ਕਣਕ ਦਿਸਦੀ ਆ ਇਹਨੇ ਸਾਡੀਆਂ ਕੈਸਟਾਂ ਕਰਾਈਆਂ ਨੇ ਤੇ ਫਿਰ ਉਹਨਾਂ ਦਾ ਕੀ ਹੋਊਗਾ ਸੰਤਾਂ ਦੇ ਜਿਹੜੇ ਟਰੈਕਟਰ ਨੇ ਇਹਨਾਂ ਨੂੰ ਜੋਤਣੇ ਵਾਲੇ ਹਾਲ ਹੋਰ ਸੰਧ ਜਿਮੀਦਾਰ ਨੇ ਬਣਾਏ ਨੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਯਾਰ ਲੱਗ ਜਾਨੀ ਆ ਬਹੁਤ ਗਲਤ ਹੋ ਰਿਹਾ ਆ ਆਪਾਂ ਵਿਰੋਧ ਕਰਦੇ ਆ ਗੱਡ ਕੇ ਆ ਨਾ ਹਿੱਕ ਥਾਪੜ ਕੇ ਵਿਰੋਧ ਕਰਦੇ ਆ ਜਦੋਂ ਸੁਰੂਤੋ ਕਿਸਾਨ ਯੂਨੀਅਨ ਨੇ ਇਸ ਦਾ ਵਿਰੋਧ ਕੀਤਾ ਕਿਸਾਨ ਉਦਾਂ ਡਟ ਕੇ ਕਿਸਾਨ ਯੂਨੀਅਨ ਦੇ ਨਾਲ ਖੜੇ ਨਹੀਂ ਅੱਜ ਵੀ ਪਿੰਡਾਂ ਦੇ ਵਿੱਚ ਕਈ ਬਜ਼ੁਰਗ ਨੌਜਵਾਨ ਇਦਾਂ ਦੇ ਦੇਖਣ ਨੂੰ ਮਿਲਦੇ ਨੇ ਸੱਥਾਂ ਵਿੱਚ ਬੈਠ ਕੇ ਤਾਸਤਾ ਖੇਡਦੇ ਨੇ ਪਰ ਉਹ ਉੱਥੇ ਆਪਣੇ ਹੱਕਾਂ ਲਈ ਲੜਨ ਨਹੀਂ ਜਾ ਰਹੇ ਹੂੰ ਇਹ ਗੱਲ ਥੋੜੀ ਬਾਕੀ ਸੱਚ ਆ ਨਾ ਅਸੀਂ ਉਹਨਾਂ ਦੇ ਸ਼ੀਰ ਰਲਾਂਗੇ ਜਾ ਕੇ ਅਸੀਂ ਉਹਨਾਂ ਦੇ ਸਾਂਝੀ ਹੋਵਾਂਗੇ ਸਾਡੀ ਰੋਟੀ ਟਿਫਨ ਐ ਡੈਡ ਟਿਫਨ ਹੋਏ ਹੱਥਾਂ 'ਚ ਪੜਿਆ ਕਰਨਗੇ ਟਿਫਨ ਖੇਤ ਨੂੰ ਜਾਇਆ ਕਰਾਂਗੇ ਅਸੀਂ ਸਮਝ ਗਏ ਸਾਰੇ ਜਾਣਗੇ ਇਹ ਕਲਾ ਗੁਲਾਕਾਰ ਜਿੰਨੇ ਫਿਲਮੀ ਐਕਟਰ ਨੇ ਪੰਜਾਬ ਦੇ ਸਾਰੇ ਜਾਣਗੇ ਸਾਰਿਆਂ ਨੂੰ ਜਾਣਾ ਪਊਗਾ ਜਿਵੇਂ ਭਾਈ ਬੱਬੂ ਮਾਨ ਕਹਿੰਦਾ ਹੁੰਦਾ ਬਾਹਰ ਲਿਆਂ ਕੰਪਡੀਆਂ ਕੰਪਨੀ ਦੀ ਨੱਪਣ ਦੀ ਤਿਆਰੀ ਹੈ ਉਹ ਕੰਮ ਆ ਉਹ ਤਿਆਰੀ ਉਹ ਚੱਲ ਰਹੀ ਹੈ ਬਾਈ ਜੀ ਤੁਸੀਂ ਐਸ ਟੀਮ ਦੇ ਜਾ ਸਕਦੇ ਹੋ ਜਾਂ ਤਹਿਸੀਲਦਾਰ ਦੇ ਜਾ ਸਕਦੇ ਹੋ ਉੱਥੇ ਤੋਂ ਢੀ ਸੁਣਵਾਈ ਆ ਉੱਥੇ ਕੌਣ ਪੁੱਛਦਾ ਬਾਈ ਜੀ ਉੱਥੇ ਕੋਈ ਨਹੀਂ ਪੁੱਛਦਾ ਉਹ ਤਾਂ ਕਹਿਣਗੇ ਯਾਰ ਤੁਸੀਂ ਦਿੱਲੀ ਜਾਓ ਬੰਬਈ ਜਾਓ ਅਵਾਨੀਆਂ ਕੋਲ اڈਾਨੀਆਂ ਕੋਲ ਉੱਥੇ ਜਾਓ ਉੱਥੇ ਢੀ ਸੁਣਵਾਈ ਉੱਥੇ ਕਿਹੜਾ ਜਾਊ ਗੱਡੀ ਦੂਰ ਕੋਈ ਨਹੀਂ ਜਾਂਦਾਗਾ ਭੈਣਾਂ ਗੋਲੀ ਮਾਰ ਕੇ ਮਾਰ ਦੇਣਗੇ ਸਾਰਿਆਂ ਨੂੰ ਉਹ ਵੱਡੇ ਘਰਾਣੇ ਨੇ ਉਹ ਇਹਨਾਂ ਨੂੰ ਅਗਵਾਰ ਕਰਨਾ ਚਾਹੁੰਦੇ ਨੇ ਕਬਜ਼ੀ ਕਰਨਾ ਚਾਹੁੰਦੇ ਇਹ ਤਾਂ ਨਹੀਂ ਹੋਣ ਦਿੰਦੇ ਜੀ ਇਹ ਕਿਸਾਨ ਨਹੀਂ ਹੋਣ ਦਿੰਦੇ ਅਸੀਂ ਨਹੀਂ ਹੋਣਾ ਮੇਰੇ ਪਿੰਡ ਦੇ ਨਹੀਂ ਹੋਣਾ ਮੇਰੇ ਪਿੰਡ ਚ ਕੋਈ ਵੱਡ ਕੇ ਦਿਖਾਵੇ ਆ ਕੇ ਜੱਟਾਂ ਨਹੀਂ ਵੱਡਾਂਗੇ ਅਗਲੇ ਦਿਨ ਸਾਰੀ ਉਮਰ ਕਰੀ ਖੁਦ ਖੇਤੀ ਹੋਏ ਨਾ ਬੱਤੀਆਂ ਤੋਂ ਜੀਤੇਤੀ ਸਾਰੀ ਉਮਰ ਕਰੀ ਖੁਦ ਖੇਤੀ ਹੋਏ ਨਾ ਬੱਤੀਆਂ ਤੋਂ ਜੀਤੇਤੀ ਹੋ ਰੱਬਾ ਆ ਜਾ ਕਿਧਰੋਂ ਛੇਤੀ ਹੋ ਰੱਬਾ ਆ ਜਾ ਕਿਧਰੋਂ ਛੇਤੀ ਸੁਣ ਖਬਰਾਂ ਨੁਕਸਾਨ ਦੀਆਂ ਇਹ ਸਰਕਾਰ ਵੱਡਣ ਨੂੰ ਫਿਰਦੀ ਏ ਹੁਣ ਜੜਾ ਕਿਸਾਨ ਦੀਆਂ ਇਹ ਸਰਕਾਰ ਵੱਡਣ ਨੂੰ ਫਿਰਦੀ ਏ ਹੁਣ ਜੜਾ ਕਿਸਾਨ ਦੀਆਂ ਸੈਂਟਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਤਿੰਨ ਆਰਡੀਨੈਂਸ ਜਿਨ੍ਹਾਂ ਦਾ ਵਿਰੋਧ ਕਾਫੀ ਦਿਨਾਂ ਤੋਂ ਕਿਸਾਨ ਜਥੇਬੰਦੀਆਂ ਕਿਸਾਨ ਮਹਿਲਾਮਾਂ ਅਤੇ ਨੌਜਵਾਨ ਵੀਸ ਦੇ ਵਿਰੋਧ ਵਿੱਚ ਸੜਕਾਂ ਤੇ ਉੱਤਰਾ ਏ ਤੇ ਇਸ ਦੀ ਲੈ ਕੇ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਕਾਫੀ ਗਰਮਾਈ ਹੋਈ ਆ ਅੱਜ ਅਸੀਂ ਗੱਲ ਕਰਾਂਗੇ ਬਾਈ ਚਮਕੌਰ ਖਟੜੇ ਨਾਲ ਜਿਨ੍ਹਾਂ ਦਾ ਇਸ ਦੇ ਸੰਬੰਧ ਵਿੱਚ ਇੱਕ ਗਾਣਾ ਵੀ ਆਇਆ ਕਰ ਦੇਣਾ ਖਤਮ ਕਿਸਾਨੀ ਨੂੰ ਤੇਰੇ ਤੁਕਲੁਕੀ ਫਰਮਾਨਾ ਨਹੀਂ ਤੇ ਬਹੁਤ ਵਧੀਆ ਬਾਈ ਨੇ ਹੋਰ ਵੀ ਇਦਾਂ ਦੇ ਕਈ ਗਾਣੇ ਕੀਤੇ ਕਿਸਾਨੀ ਤੇ ਆਪ ਵੀ ਕਿਸਾਨੀ ਨਾਲ ਜੁੜੇ ਹੋਏ ਨੇ ਖੇਤਾਂ ਵਿੱਚ ਰਹਿੰਦੇ ਨੇ ਕਿਸਾਨੀ ਇਹਨਾਂ ਦਾ ਮੇਨ ਕੀਤਾ ਕਿਸਾਨੀ ਆ ਸਾਡੇ ਨਾਲ ਨੇ ਬਾਈ ਚਮਕੌਰ ਖਟੜਾ ਉਹਨਾਂ ਨਾਲ ਕਰਦੇ ਆ ਗੱਲ ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਪੰਜਾਬੀ ਲੋਕ ਚੈਨਲ ਤੇ ਸਸਿਕਲ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ-ਬਹੁਤ ਪਿਆਰ ਪੰਜਾਬੀ ਲੋਕ ਚੈਨਲ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੇਰੇ ਖੇਤਾਂ ਵਿੱਚ ਆਉਣ ਤੇ ਹਨ ਵੈਲਕਮ ਤੇ ਤੁਸੀਂ ਵੀਰ ਜੀ ਕਿੱਦਾਂ ਦੇਖਦੇ ਹੋ ਜਿਹੜੇ ਸੈਂਟਰ ਸਰਕਾਰ ਵੱਲੋਂ ਤਿੰਨ ਆਰਡੀਨੈਂਸ ਲਿਆਂਦੇ ਗਏ ਨੇ ਕਿਸਾਨ ਵਿਰੋਧ ਕਰ ਰਹੇ ਨੇ ਹਰ ਇੱਕ ਵਰਗ ਵਿਰੋਧ ਕਰ ਰਿਹਾ ਇਹਦਾ ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਇੱਕ ਥੋੜਾ ਗਾਣਾ ਵੀ ਆਇਆ ਕਰ ਦੇਣਾ ਖਤਮ ਕਿਸਾਨੀ ਨੂੰ ਤੇਰੇ ਤੁਕ ਲੁਕੀ ਫਰਮਾਨਾ ਨੇ ਤੇ ਹੋਰ ਵੀ ਥੋੜੇ ਇਦਾਂ ਦੇ ਪੰਜਾਬ ਦੇ ਹਾਲਾਤਾਂ ਤੇ ਕਈ ਗਾਣੇ ਆਏ ਜੋ ਥੋੜਾ ਇਹ ਗਾਣਾ ਆਇਆ ਸੀਗਾ ਪੰਜਾਬ ਸਿਆਂ ਇਸ ਤੇ ਜੋ ਹਾਲਾਤ ਸੀਗੇ ਉਹ ਬਿਲਕੁਲ ਹੁਣ ਉਹੀ ਹਾਲਾਤ ਹੋ ਗਏ ਨੇ ਪੰਜਾਬ ਦੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਇਹ ਐਕਚੁਅਲੀ ਬਾਈ ਜੀ ਮੈਂ ਸ਼ੁਰੂ ਤੋਂ ਹੀ ਛੋਟਾ ਹੁੰਦਾ ਹੀ ਮੈਂ ਇੱਥੇ ਰਿਹਾ ਮੈਂ ਖੇਤਾਂ 'ਚ ਮੇਰੇ ਸਾਰੇ ਪਤਾ ਹੀ ਆ ਪਿੰਡ ਵਾਲਿਆਂ ਨੂੰ ਹਣਾ ਜੀ ਜਦੋਂ ਮੈਂ ਸਟ੍ਰਗਲ ਕਰਦਾ ਸੀਗਾ ਰਿਆਜ ਕਰਦਾ ਸੀਗਾ ਨਾ ਜੀ ਮੈਨੂੰ ਪਹਿਲਾਂ ਤੋਂ ਸ਼ੌਕ ਆ ਐਦਾਂ ਦੀਆਂ ਚੀਜ਼ਾਂ ਅਖਬਾਰ 'ਚ ਪੜ੍ਹਨੀ ਆ ਸੁਣਨੀ ਆ ਬਜ਼ੁਰਗਾਂ ਤੋਂ ਮੈਂ ਜ਼ਿਆਦਾਤਰ ਕਨ ਪਿੰਡ ਦੇ ਮੁੰਡਿਆਂ ਦੀ ਸੰਗਤ ਘੱਟ ਕੀਤੀ ਆ ਜੀ ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਉਦੋਂ ਮਤਲਬ ਕਿ ਮਾੜੀ ਮੋਟੀ ਸੰਗਤ ਚਲੋ ਪੜ੍ਹਦਾ ਬੰਦਾ ਹੋ ਜਾਂਦੀ ਆ ਨਾ ਜੀ ਮੈਂ ਜ਼ਿਆਦਾ ਬਜ਼ੁਰਗਾਂ ਦੀ ਸੰਗਤ ਕੀਤੀ ਆ ਆਪ ਤੋਂ ਸੀਨੀਅਰ ਜੀਨਾਂ ਤੋਂ ਸਿੱਖਣ ਨੂੰ ਮਿਲਦਾ ਜੀ ਬਸ ਉਹਨਾਂ ਦੀ ਉਹਦਾਂ ਦੇ ਪੁਰਨੇ ਪਾਏ ਆ ਤੇ ਹਨ ਮੈਂ ਹੁਣ ਚੱਲੀ ਗਿਆ ਚੱਲੀ ਗਿਆ ਅਖਬਾਰ ਪੜ੍ਹਨਾ ਟੀਵੀ ਦੇਖਣਾ ਤੇ YouTube ਤੇ ਉਹਦਾਂ ਦੀਆਂ ਖਬਰਾਂ ਦੇਖਣੀ ਆ ਤੇ ਉਹ ਬੰਦੇ ਨੂੰ ਕਹਣਾ ਆਪਣੇ ਆਪੇ ਕਹਣਾ ਇਹ ਚੀਜ਼ਾਂ ਮਨ ਦੇ ਵਿੱਚ ਉਬਾਲੇ ਮਾਰਨ ਲੱਗ ਜਾਂਦੀਆਂ ਨੇ ਵੀ ਯਾਰ ਮੇਰੇ ਪੰਜਾਬ ਨਾਲ ਇਦਾਂ ਹੋਊਗਾ ਹਨਾ ਐ ਹੋਊਗਾ ਜੀ ਤੇ ਬਸ ਉਹ ਚੀਜ਼ ਨੂੰ ਦੇਖ ਕੇ ਹੀ ਮੈਨੂੰ ਮੇਰੇ ਮਨ ਦੇ ਵਿੱਚ ਗੀਤ ਉਦਾਂ ਦੇ ਉਕਰੇ ਹਨਾ ਜੀ ਤੇ ਲਿਖਾਈ ਮੈਂ ਮੁੰਡਿਆਂ ਤੋਂ ਵੀ ਆਹ ਚੀਜ਼ ਮੈਨੂੰ ਚਾਹੀਦੀ ਆ ਪੰਜਾਬ ਕਿਨੇ ਵੰਡਿਆ ਥੋਡੀ ਜ਼ਿੰਮੇਵਾਰੀ ਵਣਦੀ ਪੰਜਾਬੀਓ ਰੱਖਿਓ ਪੰਜਾਬ ਸਾਂਭ ਕੇ ਜੀ ਬਾਕੀ ਪੰਜਾਬ ਸਿਆਂ ਹਨਾ ਇਦਾਂ ਦੇ ਕਾਫੀ ਗਾਣੇ ਮੈਂ ਗਾਏ ਨੇ ਪੰਜਾਬ ਨਾਲ ਜਿਹੜਾ ਪੰਜਾਬ ਦਾ ਕੌੜਾ ਸੱਚ ਆ ਜੀ ਉਹ ਮੈਂ ਗਾਇਆ ਤੇ ਉਹੀ ਗੱਲਾਂ ਤੁਹਾਡੇ ਸਾਹਮਣੇ ਅੱਜ ਦੇਖ ਰਿਹਾ ਹਾਂ ਤੁਸੀਂ ਹਨਾ ਜੀ ਜੀ ਬਿਲਕੁਲ ਇਹ ਗਾਣਾ ਮੇਰਾ ਕਾਫੀ ਚਿਰਦਾ ਪਿਆ ਸੀਗਾ ਤੇ ਇਦਾਂ ਦੇ ਗਾਣੇ ਮੈਂ ਹੋਰ ਵੀ ਕਰੂੰਗਾ ਆਉਣ ਵਾਲੇ ਟਾਈਮ 'ਚ ਇਹ ਜਿਹੜੇ ਤੁਸੀਂ ਫਰਮਾਨਾਂ ਦੀ ਗੱਲ ਕਰੀ ਹੈ ਨਾ ਫਰਮਾਨੇ ਨੇ ਇੱਕ ਇਹ ਜੀ ਤੇ ਤੁਗਲਕੀ ਫਰਮਾਨ ਪ੍ਰਾਣੇ ਜਿਹੜੇ ਹੁੰਦੇ ਸੀਗੇ ਮਹਾਰਾਜੇ ਹਨ ਉਹ ਫਰਮਾਨ ਕਰਦੇ ਸੀਗੇ ਕਿਸੇ ਨੂੰ ਪੁੱਛਣਾ ਨਹੀਂ ਕਿਸੇ ਦੀ ਸਲਾਹ ਨਹੀਂ ਲੈਣੀ ਹਨਾ ਉਦਾਂ ਹੀ ਚੱਕ ਕੇ ਕਨ ਫਰਮਾਨ ਕਰ ਦਿੰਨਾ ਚਲੋ ਜੀ ਫਲਾਣੇ ਦੀ ਇਦਾਂ ਹੋ ਗਿਆ ਹੋ ਗਿਆ ਹੋ ਗਿਆ ਹੋ ਗਿਆ ਹਨਾ ਇਹ ਇਦਾਂ ਨਹੀਂ ਹੁੰਦਾ ਹੁੰਦਾ ਕਟੋ-ਕਟ ਸਟੇਟ ਦੀਆਂ ਸਰਕਾਰਾਂ ਨੂੰ ਸਾਰੀਆਂ ਨੂੰ ਹਨਾ ਪੁੱਛਣਾ ਚਾਹੀਦਾ ਜੀ ਵੀ ਅਸੀਂ ਆਹ ਕਰਨ ਲੱਗੇ ਆ ਤੁਸੀਂ ਵੋਟ ਕਰੋਗੇ ਕਿ ਨਹੀਂ ਕਰੋਗੇ ਸਾਡੇ ਨਾਲ ਸਹਿਮਤੋਂ ਤੁਸੀਂ ਕਿਸਾਨਾਂ ਨੂੰ ਪੁੱਛਣਾ ਚਾਹੀਦਾ ਪਿੰਡਾਂ 'ਚ ਜਾ ਕੇ ਪੁੱਛਣਾ ਚਾਹੀਦਾ ਹਨਾ ਜਿੰਨੇ ਪਿੰਡ ਦੇ ਪੰਚ ਨੇ ਸਰਪੰਚ ਨੇ ਕਿਸਾਨ ਨਾਲ ਜੋ ਇਹਦੇ ਵਿੱਚ ਇਕੱਲਾ ਕਿਸਾਨ ਨਹੀਂ ਕਹਣਾ ਆਉਂਦਾ ਬਾਈ ਜੀ ਮਜ਼ਦੂਰ ਵੀ ਆਉਂਦੇ ਨੇ ਕਨਾ ਟੋਟਲੀ ਜਿੰਨੇ ਮਜ਼ਦੂਰ ਹੋ ਗਏ ਚਾਹੇ ਉਹ ਮਿਸਤਰੀ ਹੋ ਗਏ ਚਾਹੇ ਉਹ ਕਿਸਾਨ ਨਾਲ ਜੁੜੇ ਹੋਏ ਜਿੱਥੋਂ ਬੰਦਾ ਕੋਈ ਸੌਦਾ ਪੱਤਾ ਲੈ ਕੇ ਆਉਂਦਾ ਆੜਤੀਆ ਹੋ ਗਿਆ ਕੋਈ ਵੀ ਕਿਸੇ ਵੀ ਵਰਗ ਦੀ ਚੀਜ਼ ਆ ਜੋ ਕਿਸਾਨ ਨਾਲ ਜੁੜੀ ਹੋਈ ਆ ਜੀ ਬਸ ਇਹਦਾ ਸਾਰਾ ਕੁਝ ਜੁੜਿਆ ਹੈ ਚਲ ਦੇ ਕਿਸਾਨ ਨਾਲ ਹਨਾ ਅੰਨਦਾਤਾ ਅੰਨਦਾਤਾ ਇਹਨੂੰ ਕਿਉਂ ਕਹਿੰਦੇ ਨੇ ਤਾਂ ਹੀ ਕਹਿੰਦੇ ਨੇ ਕਿ ਨਾ ਜੋ ਇਹ ਸੈਂਟਰ ਸਰਕਾਰ ਨੇ ਕਰਿਆ ਔਰ ਜਿੰਨੀਆਂ ਸਰਕਾਰਾਂ ਨਾਲ ਇਹਦੀ ਮਿਲੀਆਂ ਹੋਈਆਂ ਨੇ ਜਿੰਨੇ ਪੱਲਾ ਖਿੱਚ ਰਹੇ ਨੇ ਆਪਣਾ ਆਪਣਾ ਵੀ ਨਹੀਂ ਅਸੀਂ ਨਹੀਂ ਅਸੀਂ ਨਹੀਂ ਹਨਾ ਸਾਰੇ ਤੁਹਾਨੂੰ ਪਤਾ ਹੀ ਆ ਨਾ ਦੱਸਣ ਦੀ ਲੋੜ ਨਹੀਂ ਸਾਰੇ ਸਰੋਤਿਆਂ ਨੂੰ ਵੀ ਪਤਾ ਹੀ ਆ ਤੇ ਉਹਨਾਂ ਨੇ ਬਹੁਤ ਇਹ ਮਾੜਾ ਕਰਿਆ ਹਨਾ ਪ੍ਰਮਾਤਮਾ ਅੱਗੇ ਮੈਂ ਤਾਂ ਅਰਦਾਸ ਕਰਦਾ ਵੀ ਇਦਾਂ ਦੇ ਆਰਡੀਨੈਂਸ ਪਾਸ ਨਾ ਹੋਣ ਫੇਲੇ ਹੋਣ ਜੀ ਜਿੱਦਾਂ ਇੱਕ ਆਰਡੀਨੈਂਸ ਤਾਂ ਪਾਸ ਹੋ ਗਿਆ ਦੋ ਰਹਿ ਗਏ ਨੇ ਤੇ ਤੁਹਾਨੂੰ ਕੀ ਲੱਗਦਾ ਏ ਇਹ ਸਰਕਾਰ ਜਿੱਦਾਂ ਸਾਰੇ ਵਿਰੋਧ ਕਰ ਰਹੇ ਨੇ ਕਿਸਾਨ ਜਥੇਬੰਦੀਆਂ ਵੀ ਵਿਰੋਧ ਕਰ ਰਹੀਆਂ ਨੇ ਸਰਕਾਰ ਇਹਨਾਂ ਨੂੰ ਰੋਕੂਗੀ ਸਰਕਾਰ ਨੂੰ ਵੀ ਚਾਹੀਦਾ ਜੀ ਕਿਸਾਨਾਂ ਦੀ ਮਦਦ ਕਰਨੀ ਜੀ ਤੇ ਕਿਸਾਨ ਵੀ ਫਿਰ ਰਹੇ ਨੇ ਨਾ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਸ਼ਹਿਰਾਂ 'ਚ ਵੱਖ-ਵੱਖ ਪਿੰਡਾਂ 'ਚ ਸਾਰੇ ਲੋਕ ਸਾਰੇ ਜਿਨ੍ਹਾਂ ਨੇ ਵੀ ਕਿਸਾਨ ਸਾਡੇ ਕਰ ਰਹੇ ਨੇ ਯੋਗਦਾਨ ਜ਼ਿਆਦਾ ਤਾਂ ਕਿਸਾਨ ਹੀ ਪਾ ਰਹੇ ਨੇ ਸਰਕਾਰਾਂ ਦਾ ਫਿਰ ਬਾਅਦ 'ਚ ਆ ਜਾਂਦੀਆਂ ਨੇ ਕਹਿੰਦਾ ਜਦੋਂ ਵੋਟ ਬੈਂਕ ਖਰੀਦਣੀ ਹੁੰਦੀ ਏ ਜੀ ਉਦੋਂ ਫਿਰ ਆ ਕੇ ਕਿ ਨਾ ਇਹ ਇਦਾਂ ਦੀਆਂ ਗੇਮਾਂ ਖੇਡਦੇ ਹੁੰਦੇ ਨੇ ਪਰ ਮੇਰੇ ਹਿਸਾਬ ਨਾਲ ਇਦਾਂ ਦੀ ਗੇਮ ਨਹੀਂ ਚਾਹੀਦੀ ਕਿਉਂਕਿ ਜਿਹੜੇ ਸਰਕਾਰ ਦੇ ਵਿੱਚ ਬੰਦੇ ਨੇ ਉਹ ਵੀ ਜੱਟੇ ਨੇ ਉਹ ਵੀ ਕਿਸਾਨ ਐ ਨੇ ਖੇਤਾਂ ਨਾਲ ਜੁੜੇ ਹੋਏ ਨੇ ਇੱਥੇ ਹੀ ਉੱਠੇ ਨੇ ਉਹ ਵੀ ਉਹਨਾਂ ਨੂੰ ਵੀ ਚਾਹੀ ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ ਸਾਰਿਆਂ ਨੂੰ ਹਨ ਜਿੰਨੀਆਂ ਵੀ ਸਰਕਾਰਾਂ ਸਰਕਾਰ ਦੇ ਬੰਦੇ ਤੁਸੀਂ ਵੇਖ ਰਹੇ ਹੋ ਇਦਾਂ ਦੀਆਂ ਪੋਸਟਾਂ ਇਦਾਂ ਦੀਆਂ ਚੀਜ਼ਾਂ ਵੱਧ ਤੋਂ ਵੱਧ ਸ਼ੇਅਰ ਕਰੋ ਫੇਸਬੁੱਕ ਤੇ ਪਾਓ YouTube ਤੇ ਪਾਓ ਜਿੱਥੇ ਤੁਸੀਂ ਪਾ ਸਕਦੇ ਹੋ ਜਿੱਥੇ ਵੀ ਘਰੇ ਬੈਠੇ ਹੋ ਇਤ ਐ ਸਮਝ ਲਓ ਵੀ ਤੁਸੀਂ ਕਿਸਾਨ ਕਿਸਾਨ ਦੇ ਧਰਨੇ ਵਿੱਚ ਜਾਏ ਸਮਝਣ ਕਿ ਐਦਾਂ ਦੀਆਂ ਚੀਜ਼ਾਂ ਤੁਸੀਂ ਸ਼ੇਅਰ ਕਰੋ ਸਰਕਾਰ ਤੱਕ ਉਹਨਾਂ ਦੇ ਕੰਨਾਂ ਤੱਕ ਜਾਣ ਵੈਸੇ ਤਾਂ ਚਲੀਆਂ ਗਈਆਂ ਹਨ ਦੱਸਣ ਦੀ ਲੋੜ ਹੀ ਨਹੀਂ ਹਨਾ ਤੇ ਐਦਾਂ ਦੇ ਸਾਰੇ ਬੰਦੇ ਨੂੰ ਸਹਿਯੋਗ ਪਾਉਣਾ ਚਾਹੀਦਾ ਤੇ ਮੈਂ ਤਾਂ ਨਹੀਂ ਕਹਿਣਾ ਤੁਹਾਨੂੰ ਹਨਾ ਤੁਸੀਂ ਵਿਸਥਾਰ ਨਾਲ ਦੱਸਿਓ ਇਹ ਜੋ ਆਰਡੀਨੈਂਸ ਆਏ ਨੇ ਇਹਨਾਂ ਦਾ ਆਮ ਪਬਲਿਕ ਤੇ ਕੀ ਅਸਰ ਪੈਣਾ ਹੈ ਆਮ ਪਬਲਿਕ ਤੇ ਅਸਰ ਤਾਂ ਬਹੁਤ ਭੇੜਾ ਪੈਣਾ ਜੀ ਜੀ ਆਮ ਪਬਲਿਕ ਤੇ ਪੈਣਾ ਕਿਸਾਨਾਂ ਤੇ ਤਾਂ ਪੈਣੀ ਪੈਣਾ ਹੁਣ ਜਿੱਦਾਂ ਮੈਂ ਆਪਣੇ ਖੇਤ 'ਚ ਖੜਾ ਨਾਬੇ ਕੋਲ ਮੇਰੇ ਖੇਤ ਨੇ ਇੱਥੇ ਸਾਡੀਆਂ ਤਿੰਨ ਤਿੰਨ ਮੋਟਰਾਂ ਨੇ ਇਕੱਠੀਆਂ ਠੀਕ ਹੈ ਜੀ ਜੀ ਨਾਬੇ ਦੇ ਨਾਲ ਪੈਂਦਾ ਇਹ ਤਿੰਨ ਚਾਰ ਕਿਲੋਮੀਟਰ ਤੇ ਆ ਨਾਬੇ ਦੇ ਲੋਕ ਇੱਥੇ ਸ਼ੇਅਰ ਸ਼ੇਅਰ ਕਰਨ ਆਉਂਦੇ ਨੇ ਸਾਰੇ ਆਉਂਦੇ ਨੇ ਹਣਾ ਠੀਕ ਹੈ ਮੇਰੇ ਮਿੱਤਰ ਪਿਆਰੇ ਵੀ ਆ ਜਾਂਦੇ ਨੇ ਉਹਨਾਂ ਨੇ ਇਦਾਂ ਦੀ ਸਾਰੀ ਜ਼ਮੀਨ ਦੇਖਣੀ ਆਲੇ ਦਾਲੇ ਜਿੰਨੀ ਜ਼ਮੀਨ ਪੈ ਰਹੀ ਆ ਨਾ ਸਾਰੀ ਔਂਕੈਰ ਕਰ ਲੈਣੀ ਆ ਅਬ ਦੇ ਅੰਡਰ ਕਰ ਲੈਣੀ ਆ ਅਬ ਅਸੀਂ ਉਹਨਾਂ ਦੇ ਨੌਕਰ ਬਣ ਕੇ ਰਹਿ ਜਾਾਂਗੇ ਕਿ ਨਾ ਜੀ ਮੈਂ ਤਾਂ ਅਸ ਜਿੰਨੇ ਵੀ ਕਿਸਾਨ ਨੇ ਜਾਂ ਮੈਂ ਆ ਕੋਈ ਵੀ ਆ ਤੁਸੀਂ ਹੋ ਜਾਂ ਜਿੰਨਾ ਭਾਈ ਆਹ ਭਾਈ ਕੈਮਰਾਮੈਨ ਵਾਲਾ ਅਸੀਂ ਤਾਂ ਉਹਨਾਂ ਦੇ ਨੌਕਰ ਰਹਿ ਜਾਾਂਗੇ ਸਾਨੂੰ ਆਜ਼ਾਦੀ ਕਾਦੀ ਉਸ ਤਾਂ ਗੁਲਾਮ ਹੋਗੇ ਜੀ ਅਸੀਂ ਫੇਰ ਤੋਂ ਗੁਲਾਮ ਹੋਗੇ ਕਿ ਨਾ ਗੁਲਾਮ ਹੁਣ ਜਾ ਰਹੇ ਹਾਂ ਇਹ ਇਹ ਹੁਣ ਤਾਂ ਲੱਗੂਗਾ ਸਾਡੇ ਜਿਹੜੇ ਜ਼ਿਮੀਂਦਾਰ ਭਰਾ ਨੇ ਕਿ ਨਾ ਥੋੜਾ ਜਿਰ ਤਾਂ ਜਿੱਦਾਂ ਉਹਨਾਂ ਨੇ ਲਾਲਚ ਦੇਣਾ ਆ ਜੀਓ ਵਾਲਾ ਜਿਹੜਾ SIM ਹੁੰਦਾ ਨਾ Jio ਦਾ SIM ਨਹੀਂ ਹੁੰਦਾ ਜਦੋਂ ਸ਼ੁਰੂ ਹੋਇਆ ਉਹਨਾਂ ਨੇ ਲਾਲਚ ਦਿੱਤਾ Jio ਨੈਟ ਪੈਕ ਦਾ ਨਾ ਵੀ ਫ੍ਰੀ ਤੁਹਾਨੂੰ ਫ੍ਰੀ ਇਹਨਾਂ ਨੇ ਇਦਾਂ ਹੀ ਲਾਲਚ ਦੇ ਦੇਣਾ ਸਾਨੂੰ ਵੀ ਤੁਹਾਨੂੰ ਪਹਿਲਾਂ ਠੇਕਾ ਬੱਧ ਦਵਾਂਗੇ ਬੱਧ ਦਵਾਂਗੇ ਬੱਧ ਦਵਾਂਗੇ ਨਾ ਚਲੋ ਲੈਂਦੇ ਰਹਿਣਗੇ ਕਈ ਬੰਦੇ ਲਾਲਚੀ ਹੋ ਜਾਂਦੇ ਨੇ ਲਾਲਚ ਨਹੀਂ ਹੁੰਦਾ ਐਕਚੁਅਲੀ ਕਿ ਨਾ ਕਈ ਬੰਦੇ ਕਬੀਲਦਾਰੀ ਚ ਫਸੇ ਹੁੰਦੇ ਨੇ ਵੀ ਸਾਡਾ ਇਦਾਂ ਦਾ ਕੰਮ ਯਾਰ ਸਿਰੇ ਚੜ ਰਿਹਾ ਸਾਨੂੰ ਪੈਸਾ ਇਕੱਠਾ ਮਿਲ ਰਿਹਾ ਹੈ ਨਾ ਤੇ ਉਦਾਂ ਦੀਆਂ ਗੱਲਾਂ ਦੇ ਵਿੱਚ ਮੇਰੇ ਹਿਸਾਬ ਨਾਲ ਸਾਡੇ ਕਿਸਾਨ ਭਾਈ ਨਾ ਆਉਣਾ ਅੱਖਾਂ ਖ ਕੀ ਹੋ ਰਿਹਾ ਮੈਂ ਤਾਂ ਇਹ ਜਦੋਂ ਵੀ ਕਹਿੰਨਾ ਰਾਤ ਮੈਂ YouTube ਤੇ ਇੱਕ ਵੀਡੀਓ ਦੇਖ ਰਿਹਾ ਸੀ ਆਡੀਓ ਸੀ ਵੀਰ ਦੀ ਕਿਸੇ ਦੀ ਤੇ ਉਹ ਜਦੋਂ ਮੈਂ ਸਾਰੀ ਸੁਣੀ ਵੀ ਆ ਕੁਛੂ ਆ ਕੁਛੂ ਗਾ ਮੇਰੇ ਅੱਖਾਂ ਚੋਂ ਹੰਝੂ ਆਉਣ ਲੱਗੇ ਉਹ ਦੇਖ ਕੇ ਜੀ ਕਿਉਂਕਿ ਅਸੀਂ ਕਿਸਾਨ ਨਾਲ ਜੁੜੇ ਹੋਏ ਹਾਂ ਕਹਿੰਨਾ ਜਿਹੜਾ ਸੱਚਾ ਕਿਸਾਨ ਹੁੰਦਾ ਇੱਕ ਬਜ਼ੁਰਗ ਦੇਖਿਆ ਮੈਂ 85 ਸਾਲ ਦਾ 85 ਸਾਲਾਂ ਧਰਨੇ ਤੇ ਬੈਠਾ ਉਹ ਕਹਿੰਦਾ ਜੇ ਮੈਂ ਮੈਨੂੰ ਨਾ ਮਤਲਬ ਕਿ ਇਹਨਾਂ ਨੇ ਆਡੀਅנס ਨਾ ਫੇਲ ਕਰੇ ਨਾ ਰਿਜੈਕਟ ਕਰੇ ਤੇ ਅਸੀਂ ਕਹਿੰਦਾ ਜਿਉਂਦੇ ਮੱਚ ਜਾਣ ਕਹਿੰਦਾ ਅੱਗੇ ਤੇ ਦੇਖੋ ਬਜ਼ੁਰਗ ਬੰਦਾ ਕਹਿ ਰਿਹਾ ਹਨਾ ਇਦਾਂ ਦੀਆਂ ਗੱਲਾਂ ਤੇ ਦੇਖ ਕੇ ਮੇਰਾ ਮੈਂ ਭਾਵੁਕ ਹੋ ਜਾਂਦਾ ਥੋੜਾ ਜਨਾ ਕਿਉਂਕਿ ਕਿਸਾਨੀ ਨਾਲ ਜੁੜਿਆ ਹਾਂ ਹਰ ਇੱਕ ਬੰਦਾ ਭਾਵੁਕ ਹੁੰਦਾ ਯਾਰ ਹਰ ਇੱਕ ਬੰਦਾ ਭਾਵੁਕ ਹੁੰਦਾ ਹੁਣ ਕਹਿਣ ਨੂੰ ਬਹੁਤ ਕੁਛ ਆ ਇਦਾਂ ਦੀਆਂ ਗੱਲਾਂ ਵੀ ਮੈਂ ਕਹਿ ਸਕਦਾ ਪਰ ਕੈਮਰੇ ਦੇ ਅੱਗੇ ਖੜਾ ਮੈਂ ਕਈ ਗੱਲਾਂ ਤੋਂ ਬੰਦਾ ਕਹਿੰਦਾ ਪਰਹੇਜ਼ ਕਰ ਜਾਂਦਾ ਥੋੜਾ ਜਿਆ ਜਿੱਦਾਂ ਸਰਕਾਰਾਂ ਦੀ ਗੱਲ ਕੀਤੀ ਜਾਵੇ ਇਹ ਵੀ بڑے ਦਾਅਵੇ ਕਰ ਰਹੀਆਂ ਨੇ ਪੰਜਾਬ ਸਰਕਾਰ ਹੋ ਗਈ ਅਕਾਲੀ ਦਲ ਹੋ ਗਿਆ ਤੇ ਆਮ ਆਦਮੀ ਪਾਰਟੀ ਹੋ ਗਈ ਇਹ ਕਹਿ ਰਹੀਆਂ ਨੇ ਅਸੀਂ ਇਸ ਦਾ ਵਿਰੋਧ ਕਰਦੇ ਹਾਂ ਤੇ ਤੁਹਾਨੂੰ ਨਹੀਂ ਲੱਗਦਾ ਇਹ ਵਿਰੋਧ ਇੱਕ ਵੋਟ ਬੈਂਕਿੰਗ ਨੂੰ ਲੈ ਕੇ ਹੈ ਹਾਂ ਵੋਟ ਬੈਂਕਿੰਗ ਦਾ ਹੁੰਦਾ ਬਾਈ ਜੀ ਮੈਂ ਪਿੰਡ ਦਾ ਸਰਪੰਚ ਆ ਮੈਂ ਵੱਧ ਤੋਂ ਵੱਧ ਬੰਦੇ ਆਪਣੇ ਪਾਸ ਖਿੱਚੂੰਗਾ ਕਿ ਨਾ ਵੋਟਾਂ ਆ ਰਹੀਆਂ ਨੇ ਅੱਗੇ ਹੈਨਾ ਜੀ ਪਰ ਜਿਹੜੇ ਵੀ ਕਰ ਰਹੇ ਨੇ ਪਰ ਵਧੀਆ ਗੱਲ ਹੈ ਕਰ ਰਹੇ ਨੇ ਹੋ ਸਕਦਾ ਉਹ ਸੱਚੇ ਮਨੋਂ ਕਰਦੇ ਹੋਣਾ ਨਾ ਵਿਰੋਧ ਜਿੰਨੇ ਵੀ ਬੰਦੇ ਕਰ ਰਹੇ ਨੇ ਮੈਂ ਨਾਉ ਨਹੀਂ ਲੈਂਦਾ ਕਿਸੇ ਦਾ ਆਪਾਂ ਕਿਸੇ ਵੀ ਪਾਰਟੀ ਦਾ ਨਾਉ ਨਹੀਂ ਲੈਣਾ ਹੈਗਾ ਨਾ ਮੈਂ ਲੇਤਾ ਕਿਤੇ ਨਾ ਮੈਂ ਲਵਾ ਹੈਨਾ ਜੋ ਵੀ ਪਾਰਟੀਆਂ ਨੇ ਚਾਹ ਚਾਰ ਨੇ ਤਿੰਨ ਨੇ ਦੋ ਨੇ ਇੱਕ ਨੇ ਪਰ ਉਹ ਵੋਟ ਬੈਂਕ ਲਈ ਕਰਦੇ ਨੇ ਬਾਈ ਜੀ ਇਹ ਤਾਂ ਕੌੜਾ ਸੱਚ ਹੈ ਸਾਰਿਆਂ ਨੂੰ ਪਤਾ ਹੀ ਪਤਾ ਹੈ ਨਾ ਨੇੜੇ ਆ ਕੇ ਹੁਣ ਇਸ ਟਾਈਮ ਜਿਵੇਂ ਜਿਵੇਂਦਾਰਨ ਕੱਲਾ ਇੱਥੇ ਤਾਂ ਜ਼ਿੰਮੇਦਾਰ ਨਹੀਂ ਪੰਜਾਬ ਦਾ ਹਰਿਆਣਾ ਦਾ ਉੱਤਰ ਪ੍ਰਦੇਸ਼ ਦਾ ਮੱਧ ਪ੍ਰਦੇਸ਼ ਦਾ ਹਰਿਆਣਾ ਦਾ ਹਨਾ ਜਿੰਨੇ ਵੀ ਆਪਣੇ ਚੰਡੀਗੜ੍ਹ ਦੇ ਨਾਲ ਏਰੀਏ ਪੈ ਗਏ ਪਰ ਹਿਮਾਚਲ ਦਾ ਸਾਰੇ ਮਤਲਬ ਕਿ ਜਾਗ ਰਹੇ ਨੇ ਮੈਂ ਤਾਂ ਕਹਿੰਦਾ ਜਿੰਨੇ ਵੀ ਕਿਸਾਨ ਤੁਸੀਂ ਦੇਖ ਰਹੇ ਹੋ ਵੀਰੇ ਜਾਗੋ ਜਾਗੋ ਇਹ ਜਾਗਣ ਦਾ ਸਮਾਂ ਨਹੀਂ ਅਸੀਂ ਗੁਲਾਮ ਹੋ ਕੇ ਰਹਿ ਜਾਾਂਗੇ ਸਾਡੀਆਂ ਧੀਆ ਪੈਣਾ ਬੱਚੇ ਇਹਨਾਂ ਦੇ ਆ ਕੇ ਇੱਥੇ ਗੁਲਾਮ ਖੇਤਾਂ 'ਚ ਕੰਮ ਕਰਿਆ ਕਰਨਾਂਗੇ ਅਸੀਂ ਗੁਲਾਮ ਹੋ ਜਾਾਂਗੇ ਇਹਨਾਂ ਦੇ ਮੈਂ ਸਾਰਿਆਂ ਨੂੰ ਕਹਿ ਰਿਹਾ ਵੀਰੇ ਜਾਗੋ ਪਲੀਜ਼ ਜਾਗੋ ਪਲੀਜ਼ ਜਾਗੋ ਜਿੱਦਾਂ ਪੰਜਾਬ ਦਾ ਨੌਜਵਾਨ ਅੱਜਕੱਲ੍ਹ ਸਿੰਗਰਾਂ ਦੇ ਵਿਵਾਦਾਂ 'ਚ ਘਿਰਿਆ ਬਏ ਤੇ ਉਹਨਾਂ ਕਰਕੇ ਲੜ ਰਿਹਾ ਐ ਫੇਸਬੁੱਕ ਤੇ ਦੇਖ ਰਿਆਂ YouTube ਤੇ ਦੇਖ ਰਿਆਂ ਤੁਸੀਂ ਕਿਦਾਂ ਜੱਜ ਕਰਦੇ ਹੋ ਬਈ ਉਹ ਨੌਜਵਾਨਾਂ ਨੂੰ ਆਪਣੇ ਸੰਘਰਸ਼ਾਂ ਲਈ ਲੜਨਾ ਚਾਹੀਦਾ ਜਾਂ ਉਹਦਾਂ ਦੇ ਗਾਣਿਆਂ ਪਿੱਛੇ ਲੜਨਾ ਚਾਹੀਦਾ ਉਹ ਤਾਂ ਗਲਤ ਹੈ ਜੀ ਉਹ ਤਾਂ ਇੱਕ ਵੱਖਰਾ ਮੈਟਰ ਹੈ ਹਨਾ ਉਹਦੇ ਬਾਰੇ ਆਪਾਂ ਕੁਝ ਨਹੀਂ ਬੋਲਦੇਗੇ ਸਾਰੇ ਸਿੰਗਰ ਆਪਦੀ ਆਪਦੀ ਕਹਿੰਦਾ ਰੋਟੀ ਬਣਾ ਰਹੇ ਨੇ ਪਰ ਉਹ ਮੈਂ ਸਿੰਗਰਾਂ ਨੂੰ ਵੀ ਬੇਨਤੀ ਕਰਦਾ ਜਿੰਨੇ ਵੀ ਸਿੰਗਰ ਭਰਾ ਮੇਰੇ ਸੁਣ ਰਹੇ ਨੇ ਹਨਾ ਮੇਰੇ ਤੋਂ ਵੱਡੇ ਵੀ ਨੇ ਮੇਰੇ ਤੋਂ ਛੋਟੇ ਵੀ ਨੇ ਯਾਰ ਬੱਦ ਤੋਂ ਵੱਧ ਕਿਸਾਨਾਂ ਦਾ ਸਹਿਯੋਗ ਦੋ ਉਹਨਾਂ ਦੀਆਂ ਪੋਸਟਾਂ ਪਾਓ ਉਹਨਾਂ ਦੀਆਂ ਵੀਡੀਓ ਪਾਓ ਉਹਨਾਂ ਦੇ ਨਾਲ ਜਾਓ ਧਰਨੇ ਜਾਂ ਨਾ ਜਿੱਥੇ ਵੀ ਤੁਸੀਂ ਜੋ ਵੀ ਕਰ ਸਕਦੇ ਹੋ ਹਨਾ ਜੋ ਵੀ ਤੁਹਾਨੂੰ ਲੱਗਦਾ ਵੀ ਆ ਮੈਂ ਘਰੇ ਬੈਠ ਕੇ ਕਰ ਸਕਦਾ ਉਹ ਕਟੋ-ਕਟ ਕਰੋ ਯਾਰ ਸਾਰਿਆਂ ਨੂੰ ਕਰਨਾ ਚਾਹੀਦਾ ਭਾਈ ਬੱਬੂ ਮਾਨ ਨੇ ਪਾਈ ਆ ਦਲਜੀਤ ਬਾਈ ਨੇ ਪਾਈ ਆ ਅਸੀਂ ਕਾਫੀ ਦੇਰ ਤੋਂ ਕਰਦੇ ਆ ਰਹੇ ਹਾਂ ਹੋਰ ਕਾਫੀ ਸਿੰਗਰ ਨੇ ਹਨ ਬਹੁਤ ਜਾ ਰਹੇ ਨੇ ਸਹਿਯੋਗ ਦਿੱਤਾ ਹੋਰ ਵੀ ਜਿਹੜੇ ਰਹਿ ਗਏ ਤੁਸੀਂ ਯਾਰ ਵੱਧ ਤੋਂ ਵੱਧ ਕਿਸਾਨਾਂ ਨੂੰ ਸਹਿਯੋਗ ਦਿਓ ਮੇਰੀ ਹੱਥ ਬਨ ਕੇ ਬੇਨਤੀ ਆ ਸਾਰਿਆਂ ਨੂੰ ਕਿਉਂਕਿ ਹੱਥ ਮੈਂ ਤਾਂ ਬਨ ਰਹੇ ਆ ਬਾਈ ਜੀ ਕਈ ਵਾਰਕ ਨਾ ਅਗਲਾ ਕਹਿੰਦਾ ਬਾਰ ਬਾਰ ਹੱਥ ਬੰਨੀ ਆ ਰਹਿਆ ਮੈਂ ਕਿਸਾਨਾਂ ਲਈ ਹੱਥ ਹੱਥ ਬਨ ਰਹੇ ਆ ਜਿੰਨੇ ਕਿਸਾਨ ਵੀਰ ਨੇ ਸਾਡੇ ਉਹਨਾਂ ਲਈ ਕਰ ਰਹੇ ਆ ਬਾਰ ਬਾਰ ਸਾਰੇ ਕਈ ਲੋਕ ਪਿੱਟ ਰਹੇ ਨੇ ਨੈਟ ਤੇ ਜੀ ਜਿੱਦਾਂ ਅਕਾਲੀ ਦਲ ਵੱਲੋਂ ਪਹਿਲਾਂ ਇਹਦਾ ਸਮਰਥਨ ਕੀਤਾ ਗਿਆ ਤੇ ਹੁਣ ਵਿਰੋਧ ਕੀਤਾ ਗਿਆ ਇਦਾਂ ਹੀ ਕਾਂਗਰਸ ਨੇ ਵੀ ਕੀਤਾ ਪਹਿਲਾਂ આરોਪ ਲੱਗ ਰਹੇ ਨੇ ਕਾਂਗਰਸ ਤੇ ਬਈ ਕੈਪਟਨ ਸਾਹਿਬ ਨੇ ਇਹਦਾ ਸਮਰਥਨ ਦਿੱਤਾ ਤੇ ਹੁਣ ਬਾਅਦ ਚ ਇਹਨੂੰ ਗਲਤ ਕਹਿ ਰਹੇ ਨੇ ਤੁਸੀਂ ਕਿਦਾਂ ਜੱਜ ਕਰਦੇ ਹੋ ਹੁਣ ਕਿਸਾਨ ਭਾਰੂ ਪੈ ਗਿਆ ਜੀ ਕਿਸਾਨ ਜਿਹੜਾ ਇੱਕ ਪਾਸੇ ਇਕੱਠਾ ਹੋ ਗਿਆ ਕਨਾ ਪਾਰਟੀਆਂ ਵਾਜੀਆਂ ਛੱਡ ਕੇ ਜਿੰਨੇ ਵੀ ਪਿੰਡਾਂ ਚ ਨੇ ਅਕਾਲੀ ਦਲ ਭਾਜਪੀ ਕਾਂਗਰਸ ਤੇ ਆਪ ਵਾਲੇ ਇਹ ਜਿੰਨੇ ਵਰਕਰ ਸੀਗੇ ਵੋਟਾਂ ਵਾਲੇ ਸਾਰੇ ਇੱਕ ਪਾਸੇ ਇੱਕ ਪਾਸੇ ਇਕੱਠੇ ਹੋ ਗਏ ਉਹ ਕੱਲੇ ਰਹਿ ਗਏ ਇੱਕ ਪਾਸੇ ਇਕੱਠੇ ਹੋ ਗਏ ਵੋਟ ਬੈਂਕ ਇੱਕ ਪਾਸੇ ਚਲੀ ਗਈ ਸਮਝੇ ਕਿ ਇਹ ਤਾਂ ਬਾਰੂ ਪੈ ਰਹੇ ਨੇ ਵੇਸੀ ਵੱਧ ਤੋਂ ਵੱਧ ਹੁਣ ਆਉਣ ਵਾਲੇ ਸਮੇਂ 'ਚ ਵੋਟਾਂ ਆਉਣੀਆਂ ਨੇ ਅਸੀਂ ਵੱਧ ਤੋਂ ਵੱਧ ਵੋਟ ਬੈਂਕ ਨੂੰ ਕੈਚ ਕਰੀਏ ਪਰ ਨਹੀਂ ਚਾਹੀਦਾ ਇਹ ਹੈਨਾ ਹੋ ਸਕਦਾ ਮੈਂ ਮੈਂ ਵੀ ਗਲਤ ਹੋਵਾਂ ਨਾ ਹੋ ਸਕਦਾ ਉਹ ਸੱਚੇ ਹੋਣ ਸੱਚੇ ਦਿਲੋਂ ਕਰਦੇ ਉਹਨਾਂ ਵੈਸੀ ਤਾਂ ਸੱਚੇ ਦਿਲੋਂ ਕਰ ਰਹੇ ਨੇ ਸਾਰਿਆਂ ਨੇ ਮੈਂ ਬਿਆਨ ਸੁਣਿਆ ਕੱਲ੍ਹ ਨਾ ਆਪੀ ਆਪੋ ਆਪਣੀ ਸਭਨਾਂ ਨੂੰ ਪੈ ਵੀ ਜਾਂਦੀ ਹੈ ਕਈ ਵਾਰੀ ਹੈਨਾ ਵੀ ਅਸੀਂ ਵੋਟ ਬੈਂਕ ਬਣਾ ਲਈਏ ਵੱਧ ਤੋਂ ਵੱਧ ਇਦਾਂ ਕਰ ਲਈਏ ਇਦਾਂ ਕਰ ਲਈਏ ਹੈਨਾ ਤੋਂ ਨੂੰ ਨਹੀਂ ਲੱਗਦਾ ਪੰਜਾਬ ਦਾ ਜਿਹੜਾ ਨੌਜਵਾਨਾ ਉਹ ਕਿਤੇ ਨਾ ਕਿਤੇ ਇਸ ਸੰਘਰਸ਼ ਚ ਪਿੱਛੇ ਰਹਿ ਰਿਆ ਸਭ ਤੋਂ ਵੱਡਾ ਯੂਥ ਦਾ ਕੰਮ ਆ ਨੌਜਵਾਨ ਦਾ ਕੰਮ ਆ ਬਈ ਉਹ ਐਸੇ ਸੰਘਰਸ਼ਾਂ ਚ ਅੱਗੇ ਆਵੇ ਬਜ਼ੁਰਗ ਨੇ ਜ਼ਿਆਦਾਤਰ ਕਿਸਾਨ ਯੂਨੀਅਨਾਂ ਚ ਦੇਖੇ ਜਾਂਦੇ ਮੈਂ ਤਾਂ ਯਾਰ ਜਿੰਨੇ ਐਨ ਆਰ ਆਈ ਵੀਰ ਬਾਹਰ ਬੈਠੇ ਨੇ ਸਾਰਿਆਂ ਨੂੰ ਉਹਨਾਂ ਨੂੰ ਵੀ ਬੇਨਤੀ ਕਰਦਾ ਨਾ ਜੀ ਕਿਉਂਕਿ ਜਿੰਨੇ ਇੱਥੋਂ ਜਿੰਨੇ ਮੁੰਡੇ ਗਏ ਨੇ ਆਈਲੈਂਡਸ ਕਰਕੇ ਗਏ ਨੇ ਚਾਹੇ ਉਹ ਕਿਸੇ ਵੀ ਤਰੀਕੇ ਨਾਲ ਗਏ ਨੇ ਹੈਨਾ ਉਹਨਾਂ ਦੇ ਮਾਪੇ-ਬਾਪਾ ਨੇ ਜ਼ਮੀਨਾਂ ਗਹਿਣੇ ਰੱਖ ਕੇ ਬੈਂਕ ਕੋਲ ਇਹ ਕਿਸਾਨ ਦੀਆਂ ਜ਼ਮੀਨਾਂ ਗਹਿਣੇ ਰੱਖ ਕੇ ਕਰਜ਼ੇ ਚੱਕ-ਚੱਕ ਕੇ ਲੋਨ ਚੱਕ-ਚੱਕ ਕੇ ਉਹਨਾਂ ਨੂੰ ਸਰਕਾਰ ਨੂੰ ਪੈਸਾ ਦਿੱਤਾ ਬਾਹਰ ਫੇਰ ਉਹ ਮੁੰਡੇ ਬਾਹਰ ਗਏ ਨੇ ਇਹ ਘੱਟੋ-ਘੱਟ ਜਿੰਨੇ ਬਾਹਰ ਮੁੰਡੇ ਸੁਣਦੇ ਨੇ ਉਹ ਵੀ ਸਾਰੇ ਜਣਿਆਂ ਨੂੰ ਚਾਹੀਦਾ ਹਨ ਜੀ ਠੀਕ ਹੈ ਕਿ ਨਹੀਂ ਇਹ ਇਕੱਲੇ ਆਪਾਂ ਨਹੀਂ ਵੀ ਅਸੀਂ ਉਰੇ ਬੈਠੇ ਆ ਨਾ ਅਸੀਂ ਉਹ ਕਰ ਰਹੇ ਆ ਜੀ ਕਈ ਵਾਰ ਅਗਲੇ ਨੂੰ ਐ ਲੰਘਦਾ ਜਬਲੀਆਂ ਮਰੀ ਜਾਂਦਾ ਆਪਦੀ ਹਨ ਮੈਂ ਸੱਚ ਕਹਿ ਰਿਹਾ ਬਾਈ ਜੀ ਜਿੰਨੇ ਬਾਹਰ ਮੁੰਡੇ ਬੈਠੇ ਨੇ ਬਹੁਤ ਉਹ ਵੀ ਪੋਸਟਾਂ ਪਾ ਰਹੇ ਨੇ ਹੋਰ ਨੂੰ ਵੀ ਪਾਉਣੀਆਂ ਚਾਹੀਦੀਆਂ ਨੇ ਸਾਰਿਆਂ ਨੂੰ ਹਮਦਰਦੀ ਤਾਂ ਹੈਗੀ ਹੈ ਕਿ ਨਾ ਕਿਸਾਨ ਨਾਲ ਜਦੋਂ ਹੋਰ ਆਇਆ ਕਰਨਗੇ ਫਰਜ਼ ਕਰ ਚਲੋ ਹਨਾ ਰੱਬ ਕਰੇ ਨਾ ਹੋਵੇ ਐਦਾਂ ਦਾ ਨਾ ਇੱਥੇ ਆਇਆ ਕਰਨਗੇ ਕਿਹਦੇ ਖੇਤ ਜਾਇਆ ਕਰਨਗੇ ਅੱਗੇ ਕਿਹਦੇ ਖੇਤ ਜਾਣਗੇ ਜੀ ਉਹਨਾਂ ਦੇ ਜ਼ਮੀਨਾਂ ਦਾ ਇਨਕੁਆਇਰ ਕਰ ਲੈਣੀ ਹੈ ਸਰਕਾਰ ਨੇ ਕਿ ਨਾ 2-4 ਸਾਲ ਦੀ ਉਹ ਗੱਲ ਹੈ ਜੇ ਇਹ ਹੋ ਗਿਆ ਹਨਾ ਪੈਸੇ ਹੋਣਾ ਚਾਹੀਦਾ ਨਹੀਂ ਮੈਂ ਤਾਂ ਇਹਦਾ ਗੱਡਕੇ ਵਿਰੋਧ ਕਰਦਾ ਗੱਡਕੇ ਆਪਣੀਆਂ ਪੋਸਟਾਂ ਵੀ ਮੈਂ ਪਾਈਆਂ ਨੇ ਕਾਫੀ ਖੁਸ਼ ਹੁਣ ਵੀ ਤੁਹਾਡੇ ਚੈਨਲ ਦੇ ਸ਼ਰਿਆਮ ਕਹਿ ਰਹੇ ਹੱਕ ਠੋਕ ਕੇ ਪਰ ਇਦਾਂ ਦਾ ਨਹੀਂ ਕੰਮ ਹੋਣਾ ਚਾਹੀਦਾ ਕਿਸਾਨ ਮਰਜੂ ਵੀਰੇ ਤੁਸੀਂ ਸਾਰੇ ਮਰਜੋਗੇ ਜੀ ਖਤਮ ਹੋ ਜਾਊਗੀ ਕਿਸਾਨੀ ਸਾਰੀ ਕੌਮ ਹੈ ਖਤਮ ਹੋ ਜਾਊਗੀ ਸਾਰੀ ਕੌਮ ਇਹ ਤੁਸੀਂ ਬਾਈ ਜੀ ਗੇਮ ਦੇਖ ਕਿੱਥੋਂ ਚੱਲੀ ہوئی ਐ ਪਹਿਲਾਂ ਰਿਹਾਂ ਸਪਰੇਹਾਂ ਦੇ ਲਾਏ ਫਿਰ ਹੌਲੀ 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 ਕਰਦੇ ਕਰਦੇ ਫਿਰ ਆ ਲਿਆ ਕੇ ਜਿੰਨੀ ਪਨੀਰੀ ਸੀਗੀ ਨਵੀਂ ਸਾਰੀ ਲਿਆ ਕੇ ਸੋਸ਼ਲ ਮੀਡੀਆ ਚ ਬਾੜਦੀ ਉਹਨਾਂ ਨੂੰ ਉਧਰ ਵੀਜ਼ੀ ਕਰਤਾ ਅਸੀਂ ਵੀ ਛੋਟੇ ਹੁੰਦੇ ਸੀ ਕਨਾ ਖੇਤ ਜਾਂਦੇ ਸੀ ਘਟੂ ਘਟ ਰੋਟੀ ਤਾਂ ਦੇ ਕੇ ਆਉਂਦੇ ਤੇ ਖੇਤ ਤੁਰ ਕੇ ਜਾਗੇ ਸਚਾਈ ਸਾਈਕਲ ਤੇ ਜਾਂਦੇ ਤੇ ਕਈ ਵਾਰ ਟੁੱਟੀਆਂ ਹੋਈਆਂ ਚੱਪਲਾ ਆਉਂਦੀਆਂ ਨੇ ਖੇਤ ਜਾਂਦੇ ਤੇ ਐ ਕੱਚੇ ਪਹੇ ਚ ਪੈਰ ਮਾਰਦੇ ਮਾਰਦੇ ਉਹ ਜਿਹੜਾ ਰੇਤਾ ਹੁੰਦਾ ਦੀ ਕਿੰਨਾ ਚੰਗਾ ਲੱਗਦਾ ਸੀ ਨਾ ਪੈਰਾਂ ਨੂੰ ਸਭ ਨੇ ਕਿ ਅਸੀਂ ਵੀ ਕਰਿਆ ਹੈ ਕਿ ਨਾ ਸਾਰਾ ਕੁਝ ਕੀਤੀ ਵੀ ਕਰਾਈਆ ਜਿੰਨੇ ਜੋਗੇ ਸੀਗੇ ਅਸੀਂ ਕਰਦੇ ਰਹਾਂ ਪੜੇ ਵੀ ਅਸੀਂ ਸਾਰਾ ਕੁਝ ਕਰਿਆ ਪਰ ਮੈਂ ਜਿੰਨੀਆਂ ਵੀ ਮੈਂ ਵੀ ਹੁਣ ਤੱਕ ਕੈਸਟਾਂ ਕਰਾਈਆਂ ਨੇ ਅਸੀਂ ਨੇ ਬਾਈ ਜੀ ਵੀ ਅਸੀਂ ਵੀ ਇਦਾਂ ਹੀ ਕਰਾਇਆ ਸਾਡੀ ਆ ਜ਼ਮੀਨ ਨਹੀਂ ਕਰਾਈਆਂ ਨੇ ਜਿੰਨੀ ਸਾਡਾ ਝੋਨਾ ਦਿਸਦਾ ਜੀਰੀ ਦਿਸਦੀ ਆ ਕਣਕ ਦਿਸਦੀ ਆ ਇਹਨੇ ਸਾਡੀਆਂ ਕੈਸਟਾਂ ਕਰਾਈਆਂ ਨੇ ਜੀ ਇਹੀ ਮੈਂ ਬਾਹਰਲੇ ਨੂੰ ਕਹਿ ਰਿਹਾ ਵੀ ਤੁਸੀਂ ਸਾਰੇ ਜਾਣੇ ਵੀਰੇ ਸਪੋਰਟ ਕਰੋ ਕਿਸਾਨਾਂ ਦੀ ਹੁਣ ਥੋੜ ਨੂੰ ਨਹੀਂ ਲੱਗਦਾ ਵੀ ਥੋੜਾ ਤਾਂ ਸਰਕਲ ਚੱਲ ਰਿਹਾ ਸਿੰਗਰ ਤੁਸੀਂ ਵਧੀਆ ਤੁਹਾਡੀਆਂ ਕੈਸਟਾਂ ਚੱਲ ਰਹੀਆਂ ਨੇ ਸੌਂਗ ਚੱਲ ਰਹੇ ਨੇ ਤੇ ਤੁਸੀਂ ਫਿਰ ਵੀ ਕਿਸਾਨਾਂ ਦੇ ਹੱਕ ਚ ਖੜੇ ਹੋ ਤੁਹਾਨੂੰ ਕਿਤਾ ਨਿੰਮ ਤਾਂ ਖੜਾ ਜੀ ਸ਼ੁਰੂ ਤੋਂ ਖੜਾ ਆਪ ਤਾਂ ਖੜਾਂਗੇ ਇੱਕ ਠੋਕ ਕੇ ਕਹਿੰਨੇ ਖੜਾਂਗੇ ਜੀ ਸਾਰੇ ਖੜਦੇ ਨੇ ਤਕਰੀਬਨ ਸਾਰੇ ਨੂੰ ਖੜਨਾ ਵੀ ਚਾਹੀਦਾ ਜਿਹੜੇ ਨਹੀਂ ਖੜੇ ਉਹਨਾਂ ਨੂੰ ਵੀ ਖੜਨਾ ਚਾਹੀਦਾ ਸਾਨੂੰ ਯਾਰ ਇਹ ਸਾਡੀ ਜ਼ਮੀਨ ਨੇ ਰੋਟੀ ਦਿੱਤੀ ਹੈ ਸਾਨੂੰ ਇਹ ਇਹ ਜ਼ਮੀਨ ਹੱਥਾਂ ਚੋਂ ਖੁੱਸ ਗਈ ਸਾਡੇ ਸਾਡਾ ਕੀ ਬਣੂਗਾ ਜੀ ਸਾਡੇ ਆਉਣ ਵਾਲੇ ਬੱਚਿਆਂ ਦਾ ਭਵਿੱਖ ਕੀ ਹੋਊਗਾ ਅਸੀਂ ਮਨ ਮਰਜ਼ੀ ਨਾਲ ਨਾ ਕੱਪੜੇ ਪਾਈਏ ਨਾ ਸ਼ਾਪਿੰਗ ਕਰੀਏ ਨਾ ਬਾਜ਼ਾਰ ਚ ਜਾ ਸਕੀਏ ਨਾ ਕੋਈ ਕੋਈ ਲੋਹੇ ਦਾ ਸੰਦ ਖਰੀਦ ਸਕੀਏ ਕੁਛ ਨਹੀਂ ਕਰੋਗੇ ਤੁਸੀਂ ਤੁਸੀਂ ਤਾਂ ਘਰੇ ਬਹਿ ਕੇ ਬੇਲੇ ਘਰਾੜੇ ਮਾਰੋਗੇ ਖਾਜੂ ਖਾਈ ਜਾਓਗੇ ਪੀ ਜਾਓਗੇ ਤੁਹਾਨੂੰ ਬਲੱਡ ਪ੍ਰੈਸ਼ਰ ਬੀਪੀ ਵਧੀ ਜਾਣਗੇ ਅਟੈਕ ਹੋ ਕੇ ਮਰੀ ਜਾਣਗੇ ਸਾਰੇ ਜਣ ਜਿੱਦਾਂ ਵੱਡੇ ਵੱਡੇ ਸੰਦ ਜ਼ਿਮੀਦਾਰਾਂ ਨੇ ਜਿੱਦਾਂ ਵੱਡੇ ਵੱਡੇ ਸੰਦ ਜ਼ਿਮੀਦਾਰਾਂ ਨੇ ਆਪਣੇ ਘਰਾਂ 'ਚ ਰੱਖੇ ਨੇ ਤੇ ਆਪਣੀ ਖੇਤੀ ਵਾਸਤੇ ਰੱਖੇ ਨੇ ਖੇਤੀ ਕਰਦੇ ਨੇ ਤੇ ਫਿਰ ਉਹਨਾਂ ਦਾ ਕੀ ਹੋਊਗਾ ਸੰਦਾਂ ਦੇ ਜਿਹੜੇ ਟਰੈਕਟਰ ਨੇ ਇਹਨਾਂ ਨੂੰ ਜੋਤਣੇ ਵਾਲੇ ਹਾਲ ਹੋਰ ਸੰਦ ਜ਼ਿਮੀਦਾਰ ਨੇ ਬਣਾਏ ਨੇ ਦਿਨ ਰਾਤ ਮਿਹਨਤ ਕਰਕੇ ਉਹਨਾਂ ਨੂੰ ਯਾਰ ਲੱਗ ਜਾਣੀਆਂ ਜੀ ਜਰ ਲੱਗ ਜਣੀ ਉਹਨਾਂ ਨੂੰ ਘਰੇ ਘਰੇ ਪਿਆ ਪਿਆ ਨੂੰ ਉਹਨਾਂ ਨੂੰ ਜਰ ਲੱਗ ਜਣੀ ਆ ਜਰ ਇਦਾਂ ਲੱਗੂਗੀ ਬਾਈ ਜੀ ਉਹਨਾਂ ਨੇ ਤਾਂ ਜੇ ਆਪਦਾ ਕੰਮ ਤੋੜ ਲਿਆ ਉਹਨਾਂ ਨੇ ਤਾਂ ਆਪਦੇ ਸੰਦ ਲਿਆਉਣੇ ਨੇ ਆਪਦੇ ਨੌਕਰ ਲਿਆਉਣੇ ਨੇ ਆਪਦੀ ਮਸ਼ੀਨਰੀ ਲਿਆਉਣੀ ਆ ਆਪਦੀਆਂ ਜਾੜਾਂ ਬਣਾਉਣੀਆਂ ਨੇ ਜੀ ਵੱਡੇ ਵੱਡੇ ਜਿੱਦਾਂ ਜਿੱਥੇ ਸੰਦ ਸਮਾਰਨੇ ਸੰਦ ਖੜਾਉਣੇ ਉਹਨਾਂ ਨੂੰ ਬਾਹਰ ਕੈਨੇਡਾ ਅਮਰੀਕਾ ਚ ਜਾੜਾਂ ਬੋਲਦੇ ਨੇ ਨਾ ਉਹਨਾਂ ਨੇ ਉਦਾਂ ਦਾ ਬਣਾ ਲੈਣਾ ਉਹ ਆਪਦੇ ਆਪਦੇ ਵਰਤਣਗੇ ਕਿ ਤੁਹਾਡੇ ਵਰਤਣਗੇ ਜਿੱਥੋਂ ਉਹਨਾਂ ਨੂੰ ਆਪਦੀ ਚੀਜ਼ ਮੈਂ ਆਪਦੀ ਵਰਤੂ ਘਰੇ ਕਿ ਤੁਹਾਡੀ ਵਰਤੂਗਾ ਦੱਸੋ ਜੇ ਮੇਰੇ ਕੋਲ ਖੜੀ ਐ ਤੁਹਾਡੇ ਤਾਂ ਮੈਨੂੰ ਕਿਰਾਇਆ ਇਦਾਂ ਦਾ ਹੋਣਾ ਨਹੀਂ ਚਾਹੀਦਾ ਇਹਦਾ ਗਲਤ ਤਾਂ ਬਹੁਤ ਗਲਤ ਹੋ ਰਿਹਾ ਆਪਾਂ ਵਿਰੋਧ ਕਰਦੇ ਆ ਗੱਡ ਕੇ ਆ ਇਹਨਾਂ ਹਿੱਕ ਥਾਪੜ ਕੇ ਵਿਰੋਧ ਕਰਦੇ ਆ ਜੀ ਜਿੱਦਾਂ ਦੇ ਬਾਜ਼ਾਰਾਂ ਦੇ ਵਿੱਚ ਦੁਕਾਨਦਾਰ ਨੇ ਜਾਂ ਖੇਤੀ ਨਾਲ ਜੁੜੇ ਹੋਏ ਹੋਰ ਧੰਦਾ ਕਰਦੇ ਨੇ ਖੇਤੀ ਨਾਲ ਜੁੜੇ ਹੋਏ ਦੁਕਾਨਦਾਰੀਆਂ ਨੇ ਉਹਨਾਂ ਤੇ ਤੁਹਾਨੂੰ ਕੀ ਲੱਗਦਾ ਕੀ ਅਸਰ ਪਊਗਾ ਉਹਨਾਂ ਤੇ ਵੀ ਪਊਗਾ ਜੀ ਉਹਨਾਂ ਤੇ ਪਊਗਾ ਉਹ ਵੀ ਪਿੱਛੇ ਬੈਠੇ ਨੇ ਜਿਨ੍ਹਾਂ ਨੇ ਦੁਕਾਨਦਾਰ ਲਾਲੇ ਹੋ ਗਏ ਜਾਂ ਕੈਮਿਸਟ ਵਾਲੀਆਂ ਦਵਾਈਆਂ ਵਾਲੇ ਹੋਗੇ ਹਨ ਜਿੰਨੇ ਵੀ ਜੋ ਵੀ ਹੋਗੇ ਚਾਹੇ ਉਹ ਮੋਬਾਈਲ ਸਮਾਰ ਦਾ ਚਾਹੇ ਕੁਝ ਵੀ ਕਰਦਾ ਹਨ ਚਾਹੇ ਉਹ ਰਿਹਾਂ ਸਪਰੇਹਾਂ ਵਾਲੇ ਹੋਗੇ ਦਵਾਈਆਂ ਵੇਚਦੇ ਨੇ ਜਿਹੜੇ ਜੱਟਾਂ ਨੂੰ ਦਿੰਦੇ ਨੇ ਠੀਕ ਹੈ ਕਿਸੇ ਵੀ ਤਰ੍ਹਾਂ ਦੀ ਕੈਟਾਗਰੀ ਹੋ ਗਈ ਬਾਈ ਜੀ ਬਾਜ਼ਾਰ ਦੇ ਵਿੱਚ ਮੈਂ ਚਲਾ ਜਾਣਾ 90 ਸ਼ਹਿਰ ਚ ਉੱਥੇ ਆਪਾਂ ਸਾਰੇ ਕੋ ਮਿਲ ਲੈਣੇ ਜੋ ਵੀ ਤੁਹਾਨੂੰ ਦਿਸਦਾ ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ ਕਿ ਨਾ ਵੀ ਆਹ ਦੁਕਾਨ ਆਹ ਦੁਕਾਨ ਆਹ ਗਨ ਮਨੈਰੀ ਦੀ ਦੁਕਾਨ ਉਹਨਾਂ ਤੇ ਵੀ ਅਸਰ ਪਊਗਾ ਉਹ ਵੀ ਹੌਲੀ ਹੌਲੀ 10 ਸਾਲਾਂ ਤੱਕ ਉਹ ਵੀ ਗੁਲਾਮੇ ਹੋ ਜਾਣੇ ਨੇ ਜੀ ਇਹਨਾਂ ਨੇ ਵੱਡੇ ਵੱਡੇ ਮਾਲ ਖੋਲ ਦੇਣੇ ਨਿਕਣਾ ਜੇ ਵੱਡੇ ਵੱਡੇ ਮਾਲ ਖੋਲਤੇ ਇਹਨਾਂ ਨੇ ਵੱਡੇ ਵੱਡੇ ਮਾਲ ਖੋਲਤੇ ਫਿਰ ਅਸੀਂ ਲੋਕ ਮੌਲਾਂ ਚ ਜਾਣਗੇ ਇਹਨੇ ਤਾਂ ਫੇਲ ਕਰ ਦੇਣੀ ਇਹਨਾਂ ਦੁਕਾਨਾਂ ਉਹਨਾਂ ਨੇ ਜੀ ਸਸਤਾ ਸੌਦਾ ਦੇਣਗੇ ਜੀ ਵਾਲਾ ਸਹੀ ਵਾਲੀ ਗੱਲ ਆ ਗਈ ਕਨਾ ਸਸਤਾ ਸੌਦਾ ਦੇਣਗੇ ਮੈਂ ਸਸਤੇ ਵੱਲ ਭੱਜੂਗਾ ਕਿ ਮਹਿੰਗੇ ਵੱਲ ਭੱਜੂਗਾ ਜੀ ਉਹਨਾਂ ਦਾ ਵੀ ਅਸਰ ਪਊਗਾ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਦੁਕਾਨਦਾਰਾਂ ਨੂੰ ਸਾਰਿਆਂ ਨੂੰ ਇਹ ਬੇਨਤੀਆਂ ਮੈਂ ਬਾਰ-ਬਾਰ ਤਾਂ ਕਰ ਰਿਹਾ ਮੈਂ ਰਾਤ ਦਾ ਬਹੁਤ ਭਾਵਿਕ ਹੋਇਆ ਹੋਇਆ ਇਸ ਵਿਸ਼ੇ ਤੇ ਜੀ ਮੈਂ ਘਟੋ-ਘਟ 2-3 ਘੰਟੇ ਮੈਂ ਸੁੱਤਾ ਨਹੀਂਗਾ ਮੈਨੂੰ 11 ਵਜੇ ਨੀਂਦ ਆਈ ਹੈ ਜੀ ਜਿਹਨੂੰ ਹਮਦਰਦੀ ਹੁੰਦੀ ਆ ਮੋਹ ਹੁੰਦਾ ਆ ਆਪਣੀ ਜ਼ਮੀਨ ਨਾਲ ਆਪਣੀ ਮਾਂ ਨਾਲ ਉਹਨੂੰ ਨੀਂਦ ਨਹੀਂ ਆਉਂਦੀ ਹੁੰਦੀ ਜੀ ਜਿੱਦਾਂ ਜੇ ਦੇਖਿਆ ਜਾਵੇ ਕਿਤੇ ਨਾ ਕਿਤੇ ਇਹ ਤੁਹਾਨੂੰ ਨਹੀਂ ਲੱਗਦਾ ਬਈ ਅਸੀਂ ਆਪ ਖੁਦ ਵੀ ਜ਼ਿੰਮੇਵਾਰ ਆ ਇਸ ਦੇ ਜਦੋਂ ਸ਼ੁਰੂ ਤੋਂ ਕਿਸਾਨ ਯੂਨੀਅਨ ਨੇ ਇਸ ਦਾ ਵਿਰੋਧ ਕੀਤਾ ਕਿਸਾਨ ਉਦਾਂ ਡਟ ਕੇ ਕਿਸਾਨ ਯੂਨੀਅਨ ਦੇ ਨਾਲ ਖੜੇ ਨਹੀਂ ਅੱਜ ਵੀ ਪਿੰਡਾਂ ਦੇ ਵਿੱਚ ਕਈ ਬਜ਼ੁਰਗ ਨੌਜਵਾਨ ਇਦਾਂ ਦੇ ਦੇਖਣ ਨੂੰ ਮਿਲਦੇ ਨੇ ਸੱਥਾਂ ਵਿੱਚ ਬੈਠ ਕੇ ਤਾਂਸਤਾ ਖੇਡਦੇ ਨੇ ਪਰ ਉਹ ਉੱਥੇ ਆਪਣੇ ਹੱਕਾਂ ਲਈ ਲੜਨ ਨਹੀਂ ਜਾ ਰਹੇ ਹੂੰ ਇਹ ਗੱਲ ਤੁਹਾਡੀ ਪਾਕੀ ਸੱਚਾ ਹਨ ਜੀ ਕੋੜਾ ਸੱਚ ਬੋਲੇ ਤੁਸੀਂ ਨੇ ਪਿੰਡ 'ਚ ਬੈਠ ਕੇ ਹਨਾ ਕੱਲਾ ਬਾਤਾਂ ਕਰੀ ਜਾਣਗੇ ਪਰ ਜਾਣਾ ਚਾਹੀਦਾ ਸਾਰਿਆਂ ਨੂੰ ਹਣਾ ਜੀ ਸਾਰਿਆਂ ਨੂੰ ਜਾਣਾ ਚਾਹੀਦਾ ਯਾਰ ਇਕੱਲੇ ਬਜ਼ੁਰਗਾਂ ਦੀ ਗੱਲ ਥੋੜਾ ਯਾਰ ਸਾਰਿਆਂ ਦੀ ਗੱਲ ਆ ਵੀਰੇ ਜੀ ਸਮਝ ਗਿਆ ਹੁਣ ਜਿਹੜੇ ਅਸੀਂ ਐ ਬੋਲ ਰਹੇ ਐਵੇਂ ਥੋੜਾ ਬੋਲ ਰਹੇ ਜੇ ਸਾਨੂੰ ਪਿਆਰ ਅਸੀਂ ਤਾਂ ਬੋਲ ਰਹੇ ਅਸੀਂ ਕੋਈ ਪਬਲਿਸਿਟੀ ਲੈਣ ਲਈ ਨਹੀਂ ਕਹਣਾ ਬੋਲ ਰਹੇ ਵੀ ਮੇਰੀ ਪਬਲਿਸਿਟੀ ਹੋਵੇ ਪਬਲਿਸਿਟੀ ਤਾਂ ਪਰਮਾਤਮਾ ਨੇ ਪਹਿਲਾਂ ਹੀ ਬਖਸ਼ੀ ਹੋਈ ਆ ਜਿੰਨੇ ਜੋਗ ਹੈਗੇ ਆ ਦਿੱਤੀ ਹੋਈ ਆ ਬਥੇਰੇ ਗਾਣੇ ਚੱਲੇ ਹੋਏ ਨੇ ਸਭ ਕੁਝ ਹੋਇਆ ਹੋਇਆ ਪਰ ਇਹਨਾਂ ਨੂੰ ਜਾਣਾ ਚਾਹੀਦਾ ਸਾਡੇ ਭਰਾਵਾਂ ਨੂੰ ਉੱਥੇ ਹਣਾ ਕਟੋ-ਕਟਾ ਨਹੀਂ ਨਹੀਂ ਕਰਦੇ ਪਿੰਡਾਂ ਦੇ ਵਿੱਚ ਕੋਈ ਨਾਰੇ ਕੋਈ ਐਦਾਂ ਦੇ ਕੋਈ ਚੀਜ਼ ਬਣਾਈ ਜਾਵੇ ਛੰਡੀਆਂ ਲਾ ਲੈਣ ਆਪਦੇ ਉੱਪਰ ਜੀ ਘਰਾਂ ਦੇ ਉੱਪਰ ਕਿਸਾਨ ਦੀਆਂ ਛੰਡੀਆਂ ਲਾ ਲੈਣ ਯਾਰ ਅਸੀਂ ਕਾਂਗਰਸ ਤੇ ਕਾਲੀਆਂ ਆਂਦੀਆਂ ਵਧੀਆਂ ਆਮ ਆਦਮੀ ਦੀਆਂ ਤਾਂ ਲਾਉਣੀ ਆ ਲਾਉਂਦੇ ਨਹੀਂ ਹੈਗੇ ਜੀ ਜੀ ਫਿਰ ਇਹਨਾਂ ਦੀਆਂ ਛੰਡੀਆਂ ਲਾ ਲੈਣ ਕੋਠਿਆਂ ਤੇ ਵੀ ਅਸੀਂ ਵਿਰੋਧ ਕਰ ਰਹੇ ਹਾਂ ਕਾਲੀਆਂ ਛੰਡੀਆਂ ਜੀ ਸਮਝ ਗਿਆ ਜੀ ਜਿੱਦਾਂ ਅਸੀਂ ਪਹਿਲਾਂ ਵੀ ਇੱਕ ਇੰਟਰਵਿਊ ਕੀਤੀ ਥੋੜੇ ਦਿਨ ਪਹਿਲਾਂ ਸਾਡੀ ਚੱਲੀ ਆ ਇੱਕ ਨੌਜਵਾਨ ਸੀਗਾ ਤੇ ਉਹ ਆਪਣਾ ਇਹ ਸੰਘਰਸ਼ ਚ ਕਿਸਾਨ ਸੰਘਰਸ਼ ਚ ਨਾਲ ਜਾ ਰਿਹਾ ਸੀ ਉਸਨੇ ਦੱਸਿਆ ਵੀ ਸਾਡੇ ਨੌਜਵਾਨਾਂ ਨੂੰ ਵੀ ਚਾਹੀਦਾ ਜੋ ਸਿੰਗਰਾਂ ਪਿੱਛੇ ਲੜ ਰਹੇ ਨੇ ਉਹ ਉੱਠ ਕੇ ਇਸ ਲਾਈਨ ਚ ਚੱਲਣ ਤਾਂ ਜੋ ਸਾਡੀ ਕਿਸਾਨੀ ਬਚ ਸਕੇ ਤੁਸੀਂ ਕਿਸ ਤਰ੍ਹਾਂ ਜੱਜ ਕਰਦੇ ਹੋ ਯਾਰ ਮੈਂ ਦੇਖਿਆ ਕਿ ਬਹੁਤ ਸੀਨੀਅਰ ਸਿੰਗਰ ਨੇ ਮੈਂ ਨਾਂਉ ਨਹੀਂ ਲੈਣਾ ਹੈਗਾ ਨਾ ਜੀ ਉਹ ਬਾਈ ਦੇ ਪਿੱਛੇ ਪਏ ਪਏ ਨੇ ਜਿਹੜਾ ਸਿੱਧੂ ਮੂਸੇ ਵਾਲਾ ਨਾ ਆਪਣੇ ਜਵਾਕਾਂ ਵਰਗਾ ਹੈਗਾ ਬੱਚਾ ਬਣਾ ਨਾ ਠੀਕ ਹੈ ਜੀ ਉਹਦੇ ਪਿੱਛੇ ਪਏ ਜਾਂਦੇ ਨੇ ਯਾਰ ਤੁਸੀਂ ਆਹ ਮੁੱਦੇ ਤੇ ਕਿਉਂ ਨਹੀਂ ਬੋਲਦੇ ਯਾਰ ਕਿਸਾਨੀ ਤੇ ਹੈ ਜੀ ਬੋਲਣਾ ਚਾਹੀਦਾ ਯਾਰ ਸਾਨੂੰ ਇਦਾਂ ਦੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀ ਤੁਸੀਂ ਗੱਲ ਕਹੀ ਆ ਨਾ ਤੇ ਇਦਾਂ ਦੀਆਂ ਗੱਲਾਂ ਮੈਨੂੰ ਤਾਂ ਚੰਗੀਆਂ ਨਹੀਂ ਲੱਗਦੀਆਂ ਕਿ ਮੈਂ ਪਰਸਨਲੀ ਕਹਿਣਾ ਨਾ ਤੇ ਅਸੀਂ ਅਸੀਂ ਵੀ ਕਈ ਵਾਰ ਪਹਿਲਾਂ ਬੋਲੇ ਨੇ ਉਹ ਪਰ ਕਈ ਵਾਰ ਇਦਾਂ ਦੀਆਂ ਗੱਲਾਂ ਹੋ ਜਾਂਦੀਆਂ ਨੇ ਚਲੋ ਬੋਲਣਾ ਪੈ ਜਾਂਦਾ ਮੌਕੇ ਤੇ ਨਾ ਪਰ ਇਹਦੇ ਉੱਪਰ ਆਹ ਮੁੱਦੇ ਤੇ ਕਿਸਾਨਾਂ ਨੂੰ ਪਹਿਲ ਦੇਣੀ ਚਾਹੀਦੀ ਹੈ ਨਾ ਕਿ ਤੁਹਾਡੇ ਗਾਣੇ ਨੂੰ ਗਾਣੇ ਕਿਸਾਨਾਂ ਦੇ ਕੱਢ ਲਓ ਜੀ ਜੀ ਇਹੜੇ ਗਾਣੇ ਨੇ ਉਹ ਬਾਈ ਵੀ ਕਿਸਾਨੇ ਨਾਲ ਸਿੱਧੂ ਮੂਸੇ ਵਾਲੇ ਦੀ ਗੱਲ ਕੀਤੀ ਜਾਵੇ ਕਿਸਾਨੀ ਨਾਲ ਜੁੜਿਆ ਹੈ ਖੇਤਾਂ 'ਚ ਰਹਿੰਦਾ ਹੈ ਤਾਂ ਉਹਨੂੰ ਵੀ ਚਾਹੀਦਾ ਵੀ ਨੌਜਵਾਨਾਂ ਨੂੰ ਅਪੀਲ ਕਰੇ ਉਹਦੇ ਨਾਲ ਨੌਜਵਾਨ ਜੁੜੇ ਨੇ ਸੰਘਰਸ਼ੋ ਜੁੜੇ ਨੇ ਹਾਂ ਜ਼ਿੰਮੇਦਾਰ ਭਾਈ ਆ ਦੀ ਲੋੜ ਹੀ ਨਹੀਂ ਕਣਾ ਉਹਨੇ ਆਪੇ ਕਰ ਦੇਣੀ ਹੈ ਜੀ ਕਰ ਦੂਗਾ ਜੀ ਜੱਟ ਦਾ ਪੁੱਤ ਆ ਉਹ ਕਰੂਗਾ ਖੇਤਾਂ ਦੇ ਵਿੱਚ ਟਰੈਕਟਰ ਚਲਾਉਂਦਾ 911 ਚਲਾਉਂਦਾ ਕਰੂਗਾ ਉਹ ਕਿਉਂ ਨਹੀਂ ਕਰੂਗਾ ਸਾਨੂੰ ਮਾਣ ਆ ਵੀ ਉਹਨੂੰ ਕਰਨਾ ਚਾਹੀਦਾ ਉਹ ਕਰੂਗਾ ਜੀ ਸਮਝਦੇ ਕਹਿਣ ਦੀ ਲੋੜ ਹੀ ਨਹੀਂ ਕੀ ਤਾਂ ਇਹ ਬੰਦੇ ਨੂੰ ਆਪ ਹੀ ਹੋ ਜਾਂਦਾ ਕਿ ਨਾ ਜਿਹੜਾ ਪਿੰਡਾਂ ਨਾਲ ਜੁੜਿਆ ਹੋਣਾ ਅਸੀਂ ਭਾਵਕ ਹੋਏ ਅਸੀਂ ਨਹੀਂ ਤੁਹਾਡੇ ਸਾਹਮਣੇ ਕੈਮਰੇ ਦੇ ਸਾਹਮਣੇ ਬੋਲ ਰਹੇ ਅਸੀਂ ਤਾਂ ਹੀ ਬੋਲ ਰਹੇ ਹਾਂ ਕਿ ਨਾ ਜੇ ਸਾਨੂੰ ਪਿਆਰ ਆ ਇਹ ਜਿਹੜੀ ਜ਼ਮੀਨ ਆ ਸਾਡੇ ਦਾਦਿਆਂ ਨੇ ਕਿ ਨਾ ਦਾਦਿਆਂ ਨੇ ਪਰਦਾਦਿਆਂ ਨੇ ਸਾਡੇ ਬਾਪ ਨੇ ਸਾਨੂੰ ਇਹਦੇ ਪਹਿਰੇਦਾਰ ਬਿਠਾਇਆ ਹੈ ਮੈਂ ਜਿੰਨੇ ਲੋਕਾਂ ਨੂੰ ਕਹਿ ਰਿਹਾ ਮੈਂ ਸਾਰਿਆਂ ਨੂੰ ਕਹਿ ਰਿਹਾ ਇਹਦੇ ਉੱਪਰ ਅਸੀਂ ਪਹਿਰੇਦਾਰ ਬੈਠੇ ਆ ਇਹਨੂੰ ਸੰਭ ਕੇ ਰੱਖ ਲਾਂਗੇ ਉਹੀ ਪਰਮਾਤਮਾ ਦੀ ਬਹੁਤ ਵੱਡੀ ਮਤਲਬ ਕਿ ਦੇਣ ਹੋ ਗਈ ਜਿਹਨੂੰ ਇਸੇ ਸਾਹਮਣੇ ਰੱਖ ਲਾਂਗੇ ਸਮਝ ਗਿਆ ਇਹਨੂੰ ਸਾਂਭਣਾ ਚਾਹੀਦਾ ਸਾਰੇ ਬੋਲਣਗੇ ਜਰੂਰ ਬੋਲਣਗੇ ਮੈਂ ਤਾਂ ਸਾਰਿਆਂ ਨੂੰ ਕਹਿੰਦਾ ਸਾਰੇ ਬੋਲੋ ਯਾਰ ਇੰਨਾ ਇੰਨਾ ਬੋਲੋ ਰੱਜ ਰੱਜ ਕੇ ਬੋਲੋ ਬੋਲਣਾ ਚਾਹੀਦਾ ਸਾਰਿਆਂ ਨੂੰ ਜੇ ਮੰਡੀ ਕਰਨ ਟੁੱਟ ਜਾਂਦਾ ਹੈ ਤਾਂ ਸਾਡੀਆਂ ਫਸਲਾਂ ਕਿੱਦਾਂ ਖਰੀਦੀਆਂ ਜਾਣਗੀਆਂ ਤੁਸੀਂ ਕਿੱਥੋਂ ਦੇਖ ਰਹੇ ਹੋ ਬਤਲਾ ਬੋਲੀ ਨਾਲ ਖਰੀਦਣਗੇ ਜੀ ਆਪਣੀ ਮਰਜ਼ੀ ਨਾਲ ਜਿੱਦਾਂ ਜਿੱਦਾਂ ਉਹਨਾਂ ਦਾ ਜੀ ਕਰੂ ਉਦਾਂ ਖਰੀਦ ਲੈਣਗੇ ਜੀ ਆਪਣੀ ਮਰਜ਼ੀ ਨਾਲ ਖਰੀਦਣਗੇ ਪਹਿਲਾਂ ਮਹਿੰਗੀਆਂ ਖਰੀਦਣਗੇ ਹਰਜ ਕਰੋ ਇੱਕ ਕਵੰਟੜਾ ਕਵੰਟੜਾ ਤਾਂ ਨਾ ਹੀ 1000 ਖਰੀਦਣਗੇ ਜਾਂ 2000 ਨੂੰ ਜਾਂ 2500 ਨੂੰ 4000 ਨੂੰ ਜੋ ਵੀ ਉਹਨਾਂ ਦਾ 4500 ਨੂੰ ਰੇਟ ਆਊਗਾ ਪਤਾ ਨਹੀਂ ਕੀ ਹੋਊਗਾ ਕੀ ਕੱਢਣਗੇ ਹਨਾ ਠੀਕ ਹੈ ਉਹ ਲਾਲਚ ਦੇਤਾ ਆਪਾਂ ਨੂੰ ਠੀਕ ਹੈ ਲਾਲਚ ਦੇ ਕੇ ਉਦੋਂ ਬਾਅਦ ਹੌਲੀ-ਹੌਲੀ ਜੀਓ ਵਾਲੇ ਸਿਮ ਵਾਲਾ ਜਦ ਆਪਾਂ ਚਾਰਟ ਤੇ ਲੱਗ ਗਏ ਆਪਾਂ ਉਹਨਾਂ ਦੇ ਆਦੀ ਹੋ ਗਏ ਉਹ ਚੀਜ਼ ਦੇ ਜਿਆਦਾ ਆਦੀ ਹੋ ਗਏ ਉਦੋਂ ਬਾਅਦ ਫਿਰ ਬਾਈ ਜੀ ਆਪਣਾ ਮਰਜ਼ੀ ਕਰਨੀ ਹੈ ਉਹਨਾਂ ਨੇ ਚਾਹੇ 500 ਨੂੰ ਖਰੀਦਣ ਚਾਹੇ 100 ਰੁਪਏ ਨੂੰ ਖਰੀਦਣ ਉਹ ਤਾਂ ਉਹਨਾਂ ਦੀ ਮਰਜ਼ੀ ਹੈ ਅਸੀਂ ਉਹਨਾਂ ਦੇ ਗੁਲਾਮ ਹੋ ਗਏ ਕਨਾ ਮੈਂ ਸੀਰੀ ਆ ਜੱਟ ਨਾਲ ਆ ਨਾ ਇਹ ਤਾਂ ਚਲੋ ਸੀਰੀ ਵਾਲਾ ਰਿਸ਼ਤਾ ਤੇ ਜੱਟ ਦਾ ਤਾਂ ਹੋਰ ਹੁੰਦਾ ਅਸੀਂ ਵੀ ਉਹਨਾਂ ਦੇ ਸੀਰੀ ਰਲ ਜਾਾਂਗੇ ਕਨਾ ਜਾ ਕੇ ਅਸੀਂ ਉਹਨਾਂ ਦੀ ਸੀਰੀ ਰਲਾਂਗੇ ਜਾ ਕੇ ਅਸੀਂ ਉਹਨਾਂ ਦੇ ਸਾਂਝੀ ਹੋਵਾਂਗੇ ਸਾਡੀ ਰੋਟੀ ਟਿਫਨ ਐ ਡੈਡ ਟਿਫਨ ਹੋਏ ਹੱਥਾਂ 'ਚ ਫੜਿਆ ਕਰਨਗੇ ਟਿਫਨ ਖੇਤ ਨੂੰ ਜਾਇਆ ਕਰਾਂਗੇ ਅਸੀਂ ਅਮਨੇ ਸਾਰੇ ਜਾਣਗੇ ਇਹ ਕਲਾ ਗੁਲਾਕਾਰ ਜਿੰਨੇ ਫਿਲਮੀ ਐਕਟਰ ਨੇ ਪੰਜਾਬ ਦੇ ਸਾਰੇ ਜਾਣਗੇ ਸਾਰਿਆਂ ਨੂੰ ਜਾਣਾ ਪਊਗਾ ਜੀ ਹਾਂ ਤੁਸੀਂ ਆਪਣੇ ਚੋਣ ਵਾਲਿਆਂ ਨੂੰ ਤੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਇਹ ਸੰਘਰਸ਼ ਕਿਸਾਨ ਲੜ ਰਹੇ ਨੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਸਾਰਿਆਂ ਨੂੰ ਕਹਾਂ ਵੀਰੇ ਮੈਂ ਤੁਹਾਨੂੰ ਸਾਰਿਆਂ ਨੂੰ ਕਹਿ ਰਿਹਾ ਨਾ ਵੱਧ ਤੋਂ ਵੱਧ ਸਹਿਯੋਗ ਦਿਓ ਸਾਡੇ ਕਿਸਾਨ ਵੀਰਾਂ ਦਾ ਜੀ ਹਨਾ ਆਪਣੀ ਮਿੱਟੀ ਨੂੰ ਪਿਆਰ ਕਰੋ ਆਪਣੇ ਵਤਨ ਨੂੰ ਪਿਆਰ ਕਰੋ ਆਪਣੇ ਪਿੰਡ ਨੂੰ ਪਿਆਰ ਕਰੋ ਆਪਣੇ ਸ਼ਹਿਰ ਨੂੰ ਪਿਆਰ ਕਰੋ ਸਾਰੇ ਜਾਣਿਆਂ ਨੂੰ ਮੈਂ ਇਹੀ ਕਹਿਣਾ ਚਾਹਣਾ ਆਪਣੀ ਮੰਮੀ ਡੈਡੀ ਦੀ ਮਾਪੇ ਬਾਪ ਦੀ ਪਿਓ ਦੀ ਦਾਦੇ ਦੀ ਇੱਜ਼ਤ ਕਰੋ ਜਿੰਨੀ ਕਰ ਸਕਦੇ ਹੋ ਠੀਕ ਹੈ ਜੀ ਕਿਉਂਕਿ ਵੱਡੇ ਬਜ਼ੁਰਗਾਂ ਦਾ ਕਹਿਣਾ ਹੁੰਦਾ ਸਿਆਣੇ ਦਾ ਕਿਹਾ ਔਲੇ ਦਾ ਖਾਦਾ ਬਾਅਦ ਚ ਸਵਾਦ ਆਉਂਦਾ ਇਹ ਗੱਲਾਂ ਜੋ ਅੱਜ ਬੀਤਰੀਆਂ ਨੇ ਸਾਡੇ ਸਾਡਾ ਦਾਦਾ ਦੱਸਦਾ ਹੁੰਦਾ ਸੀ ਮੈਨੂੰ ਇਹ ਗੱਲਾਂ ਮੇਰੇ ਦਾਦੇ ਨੇ ਕਹੀਆਂ ਦੀ ਮੈਨੂੰ ਮੈਨੂੰ ਯਾਦ ਨੇ ਹੁਣ ਵੀ ਕਿਉਂਕਿ ਯਾਦ ਉਹਦੋਂ ਆਉਂਦੀਆਂ ਨੇ ਯਾਦ ਉਹਦੋਂ ਆਉਂਦੀਆਂ ਨੇ ਜਦੋਂ ਸਿਰ ਪੈ ਜਿੰਦੀ ਹੈ ਜਦੋਂ ਆਪਾਂ ਦੇਖਦੇ ਆਂ ਸਾਹਮਣੇ ਵੀ ਹੈ ਆ ਗੱਲ ਤਾਂ ਯਾਰ ਮੈਨੂੰ ਮੇਰੇ ਦਾਦੇ ਨੇ ਕਹੀ ਸੀ ਯਾਰ ਇਹ ਸੱਚ ਹੋ ਰਹੀ ਹੈ ਅਸੀਂ ਵੀ ਤੁਹਾਡਾ ਗਾਣਾ ਸੁਣਿਆ ਤੇ ਉਹ ਤੇ ਸੋਚਿਆ ਤੇ ਅੱਜ ਦੇਖਿਆ ਬਈ ਉਹ ਬਿਲਕੁਲ ਸੱਚ ਹੋਇਆ ਸੱਚ ਆ ਬਈ ਜੀ ਉਹ ਲੈ ਤੱਕਲਾ ਅੱਜ ਪੰਜਾਬ ਸਿਆਂ ਤੇਰੀ ਹੋਣੀ ਇੰਜ ਬਰਬਾਦੀ ਸੀ ਜੀ ਬਰਬਾਦੀ ਹੋ ਰਹੀ ਹੈ ਪੰਜਾਬ ਦੀ ਬਈ ਜੀ ਨਸ਼ਾ ਉਹ ਖਾ ਗਿਆ ਹੈਂ ਤੇ ਬਾਕੀ ਲੀਡਰੀ ਨੇ ਆਪਣੇ ਪੰਜਾਬ ਨੂੰ ਖਾ ਲਿਆ ਸਰਪੰਚੀਆਂ ਪਾਂਚੀਆਂ ਨੇ ਐਮਐਲਏ ਨੇ ਐਮਸੀਆਂ ਨੇ ਸ਼ਹਿਰਾਂ ਨੂੰ ਪਿੰਡਾਂ ਨੂੰ ਖਾ ਲਿਆ ਠੀਕ ਹੈ ਜੀ ਰਹਿੰਦਾ ਖੁੰਦਾ ਰਹੀਦੀ ਆਪਣੀ ਜੱਟ ਦੀ ਜ਼ਮੀਨ ਹੁਣ ਇਹਦੀ ਨੱਪਣ ਦੀ ਤਿਆਰੀ ਹੈ ਹਨਾ ਜਿਵੇਂ ਬਾਈ ਬੱਬੂ ਮਾਨ ਕਹਿੰਦਾ ਹੁੰਦਾ ਬਾਹਰ ਲਿਆਂ ਕੰਪਡੀਆਂ ਕੰਪਨੀ ਦੀ ਨੱਪਣ ਦੀ ਤਿਆਰੀ ਹੈ ਉਹ ਕੰਮ ਹੈ ਉਹ ਤਿਆਰੀ ਉਹ ਚੱਲ ਰਹੀ ਹੈ ਬਾਈ ਜੀ ਜਿੱਦ ਦਿੱਲੀ ਤੱਕ ਵੀ ਨਹੀਂ ਉਹਨਾਂ ਨੇ ਜਿਹੜੇ ਉਹ ਬਣਾਏ ਨੇ ਕਿ ਨਾ ਆਪਣੇ ਐਗਰੀਮੈਂਟ ਬਣਾਉਣਗੇ ਤੁਹਾਡੇ ਨਾਲ ਉਹਦੇ ਵਿੱਚ ਇਦਾਂ ਦਾ ਐਗਰੀਮੈਂਟ ਆ ਉਹ ਜਿਹੜਾ ਕਿਸੇ ਨੇ ਵੀਰ ਨੇ ਪੜਿਆ ਸੀ ਨੈਟ ਤੇ ਮੈਂ ਸੁਣਦਾ ਸੀ ਉਹਦੇ ਵਿੱਚ ਤੁਹਾਡੀ ਸੁਣਵਾਈ ਨਹੀਂ ਹੋਣੀ ਉਹਦੇ ਵਿੱਚ ਕੋਈ ਤੁਹਾਡੀ ਸੁਣਵਾਈ ਨਹੀਂ ਤੁਸੀਂ ਐਸ ਟੀਮ ਦੇ ਜਾ ਸਕਦੇ ਹੋ ਜਾਂ ਤਹਿਸੀਲਦਾਰ ਦੇ ਜਾ ਸਕਦੇ ਹੋ ਉੱਥੇ ਤੁਹਾਡੀ ਸੁਣਵਾਈ ਆ ਉੱਥੇ ਕੌਣ ਪੁੱਛਦਾ ਬਾਈ ਜੀ ਉੱਥੇ ਕੋਈ ਨਹੀਂ ਪੁੱਛਦਾ ਉਹ ਤਾਂ ਕਹਿਣਗੇ ਯਾਰ ਤੁਸੀਂ ਦਿੱਲੀ ਜਾਓ ਬੰਬਈ ਜਾਓ ਜੀ ਅਵਾਨੀਆਂ ਕਰੋ اڈਾਨੀਆਂ ਕੋਲ ਜੀ ਉੱਥੇ ਜਾਓ ਉੱਥੇ ਤੁਹਾਡੀ ਸੁਣਵਾਈ ਉੱਥੇ ਕਿਹੜਾ ਜਾਊ ਗੱਡੀ ਦੂਰ ਕੋਈ ਨਹੀਂ ਜਾਂਦਾ ਹੈਗਾ ਭਾਵੇਂ ਗੋਲੀ ਮਾਰ ਕੇ ਮਾਰ ਦੇਣਗੇ ਸਾਰਿਆਂ ਨੂੰ ਉਹ ਜਿੱਦਾਂ ਹੁਣ ਸੰਘਰਸ਼ ਚੱਲ ਰਿਹਾ ਹੈ ਜੇ ਤੁਹਾਨੂੰ ਰੋਡਾਂ ਤੇ ਉਤਰਨਾ ਪਿਆ ਕਿਸਾਨਾਂ ਨਾਲ ਤੁਸੀਂ ਉਤਰੇਂਗੇ ਉਤਰਾਂਗੇ ਵੀਰੇ ਜ਼ਰੂਰ ਉਤਰਾਂਗੇ ਜੇ ਨਹੀਂ ਉਤਰ ਗਏ ਹੁਣ ਮੈਂ ਵੀਡੀਓ ਮੂਰੇ ਬੋਲ ਰਿਹਾ ਉਤਰੇ ਹੀ ਹਾਂ ਬਾਈ ਜੀ ਜੀ ਉਤਰੇ ਹੀ ਹਾਂ ਮੈਂ ਤੁਹਾਡਾ ਫੋਨ ਆਇਆ ਮੈਂ ਉਤਰੇ ਹੀ ਹਾਂ ਇਸ ਟਾਈਮ ਜੀ ਸਮਝਦੇ ਕਿ ਤੁਹਾਡੇ ਸਾਹਮਣੇ ਹੀ ਖੜਾ ਮੈਂ ਜੀ ਦੱਸੋ ਕੀ ਕਰਨਾ ਕਿੱਧਰ ਨੂੰ ਜਾਣਾ ਉਧਰ ਨੂੰ ਤੁਰਪਾਂਗੇ ਜੀ ਨਾ ਜਿੱਦਾਂ ਸੰਘਰਸ਼ ਰੋਡਾਂ ਤੇ ਕਿਸਾਨ ਕਰ ਰਹੇ ਨੇ ਤੁਸੀਂ ਅੱਗੇ ਹੋ ਕੇ ਤੁਰੇਂਗੇ ਉਹਨਾਂ ਹਾਂ ਤੁਰਾਂਗੇ ਵੀਰੇ ਲਾਜ਼ਮੀ ਤੁਰਾਂਗੇ ਤੇ ਪਹਿਲਾਂ ਤੁਰਦੇ ਵੀ ਆਏ ਆ ਜੱਟਾਂ ਨਾਲ ਜੱਟਾਂ ਦੇ ਗਾਣੇ ਜਿੰਨਾ ਵੀ ਮੇਰਾ ਸਹਿਯੋਗ ਹ ਚਾਹੇ ਸਾਡੀ ਫੈਮਿਲੀ ਦਾ ਹੋਵੇ ਚਾਹੇ ਸਾਡੇ ਪਿੰਡ ਦਾ ਹੋਵੇ ਖਾਸ ਕਰਕੇ ਮੇਰੇ ਪਿੰਡ ਰੂਟੀ ਮੋੜਾਂ ਦੇ ਜਿੰਨੇ ਵੀ ਸਾਰੇ ਸੁਣਦੇ ਨੇ ਸਾਰੇ ਸਹਿਯੋਗ ਦੇਣਗੇ ਜੀ ਕਿਉਂ ਬਾਈ ਜੀ ਮਿਹਨਤਾਂ ਜੱਟ ਜ਼ਿਮੀਂਦਾਰਾਂ ਕਿਸਾਨਾਂ ਨੇ ਕੀਤੀਆਂ ਮਜ਼ਦੂਰਾਂ ਨੇ ਕੀਤੀਆਂ ਜ਼ਮੀਨਾਂ ਖੇਤੀ ਲਾਇਕ ਬਣਾਈਆਂ ਤੇ ਇਹ ਆ ਕੇ ਜਿਹੜੇ ਵੱਡੇ ਘਰਾਣੇ ਨੇ ਉਹ ਇਹਨਾਂ ਨੂੰ ਅਗਵਾਹਰ ਕਰਨਾ ਚਾਹੁੰਦੇ ਨੇ ਕਬਜ਼ੇ ਕਰਨਾ ਚਾਹੁੰਦੇ ਨੇ ਇਹ ਤਾਂ ਨਹੀਂ ਹੋਣ ਦਿੰਦੇ ਜੀ ਜੀ ਇਹ ਕਿਸਾਨ ਨਹੀਂ ਹੋਣ ਦਿੰਦੇ ਅਸੀਂ ਨਹੀਂ ਹੋਣ ਦਿੰਦੇ ਮੇਰੇ ਪਿੰਡ ਦੇ ਨਹੀਂ ਹੋਣ ਦਿੰਦੇ ਮੇਰੇ ਪਿੰਡ ਚ ਕੋਈ ਵੱਡ ਕੇ ਦਿਖਾਵੇ ਆ ਕੇ ਜੱਤਾ ਨਹੀਂ ਵੱਡਾਂਗੇ ਅਗਲੇ ਦਿਨ ਜੀ ਅਗੇ ਇਦਾਂ ਦੀ ਕੋਈ ਗੇਮ ਖੇਡੂਗਾ ਸਾਰਾ ਪਿੰਡ ਸਾਡੇ ਨਾਲ ਸਹਿਮਤ ਹੈ ਇਹ ਗੱਲ ਨਾਲ ਪੰਜਾਬ ਦਾ ਪਿੰਡ ਪਿੰਡ ਮਤਲਬ ਕਿ ਸਹਿਮਤਾ ਕਨਾ ਵੀ ਇਹ ਹੋਣਾ ਨਹੀਂ ਚਾਹੀਦਾ ਜੇ ਹੋ ਗਿਆ ਕਿਸਾਨ ਭੁੱਖਾ ਮਰ ਜਾਊਗਾ ਜੀ ਸਾਡੇ ਦਾਦੇ ਪਰਦਾਦੇ ਸਾਡੇ ਡੈਡੀ ਜਿੰਨੇ ਹਨਾ ਹੋਏ ਨੇ ਉਹਨਾਂ ਨੇ ਜਮੀਨਾਂ ਮਤਲਬ ਕਿ ਖੇਤੀ ਲਾਇਕ ਬਣਾਈਆਂ ਬੰਜਰ ਜ਼ਮੀਨਾਂ ਸੀਗੀਆਂ ਜਦੋਂ ਵੰਡ ਹੋਈ ਆ ਪਾਕਿਸਤਾਨ ਦੀ ਸਾਡਾ ਦਾਦਾ ਦਾਦਾ ਹੁੰਦਾ ਸੀਗਾ 1947 ਉਦੋਂ ਬੰਜਰ ਸੀਗੀ ਵੱਡੇ ਵੱਡੇ ਉਹ ਸਾਡੇ ਪਿੰਡ ਦੇ ਪਰਲੇ ਪਾਸੇ ਚਲੇ ਜਾਉਂਕਰ ਰੁੱਦੇਵਾਲ ਇੱਛਾ ਲਾ ਲੋੜਾ ਉਹ ਕਲਰ ਸੀਗਾ ਉੱਥੇ ਡੰਗਰਚਾਰ ਦੇ ਹੁੰਦੇ ਸੀਗੇ ਸਾਡਾ ਦਾਦਾ ਦਾਦਾ ਸੀ ਇਧਰਲੇ ਪਾਸੇ ਅਕਮਰ ਰੁੱਦੇਵਾਲ ਸਾਡੇ ਟਿੱਬੇ ਸੀਗੇ ਜੀ ਤੇ ਬੇ ਐ ਡੇ ਡੇ ਬੇ ਚਾੜ-ਤਾੜ ਕੇ ਸਾਰੇ ਜਿੰਨਾ ਰੇਤਾ ਸੀ ਉਹ ਧਰਤੀ ਚ ਦੱਬਿਆ ਧਰਤੀ ਵਾਲਾ ਬਾਹਰ ਕੱਢਿਆ ਜਿਹੜਾ ਪਜਾਉ ਸੀਗਾ ਹਣਾ ਉਹਨੂੰ ਰੇ ਪਾ ਪਾ ਕੇ ਸਾਰਾ ਕੁਝ ਕਰ ਕਰ ਕੇ ਆ ਜਮੀਨ ਦੇ ਵਿੱਚ ਰੇ ਰੇ ਪਾ ਕੇ ਸਾਰੇ ਜੱਟਾਂ ਨੇ ਝੋਟੇ ਵਰਗੀਆਂ ਜ਼ਮੀਨਾਂ ਬਣਾਈਆਂ ਨੇ ਕੌਣ ਦੇ ਦਊ ਬਾਈ ਜੀ ਕੋਈ ਨਹੀਂ ਦਿੰਦਾ ਮੈਂ ਇਹਨੂੰ ਬਹੁਤ ਮਾੜਾ ਦੇਖਦਾ ਬਣੀ ਬਣਾਈ ਚੀਜ਼ ਥਾਲੀ ਦੇ ਵਿੱਚ ਰੱਖ ਦਾਂਗੇ ਆਪਾਂ ਨਹੀਂ ਰੱਖ ਸਕਦੇਗੇ ਇਸੇ ਚੀਜ਼ ਤੇ ਕਨਾ ਇੱਕ ਰਾਤੀ ਮੈਨੂੰ ਚੀਜ਼ ਉੜੀ ਸੀਗੀ ਤੇ ਉਹ ਮੈਂ ਮੁੰਡੇ ਨੂੰ ਕਿਹਾ ਵੀ ਇਦਾਂ ਦੀ ਕੋਈ ਗੱਲ ਲਿਖਿਆ ਰਾਣਾ ਉਹਨੇ ਗੱਲ ਲਿਖੀ ਵੈਸੇ ਇਹ ਗੀਤ ਨਹੀਂ ਆਪਾਂ ਇਹਨੂੰ ਕਹਿ ਸਕਦੇ ਇਹ ਸਾਡੀ ਆਉਣ ਵਾਲੀ ਇੱਕ ਕਨਾ ਕੌੜਾ ਸੱਚ ਕਹਿ ਸਕਦੇ ਆ ਕੌੜਾ ਸੱਚ ਆ ਮੈਂ ਤੁਹਾਡੀ ਨਜ਼ਰ ਕਰਦਾ ਤੁਹਾਨੂੰ ਸੁਣਾਉਣਾ ਉਹਦੀਆਂ ਦੋ ਲਾਈਨਾਂ ਜੀ ਜਰੂਰ ਜੀ ਤੇ ਜ਼ਰੂਰ ਸਰੋਤੇ ਪਸੰਦ ਕਰਨਗੇ ਇਹਨੂੰ ਜੀ ਸਾਰੀ ਉਮਰ ਕਰੀ ਖੁਦ ਖੇਤੀ ਹੋਏ ਨਾ ਬੱਤੀਆਂ ਤੋਂ ਜੀਤੇਤੀ ਸਾਰੀ ਉਮਰ ਕਰੀ ਖੁਦ ਖੇਤੀ ਹੋਏ ਨਾ ਬੱਤੀਆਂ ਤੋਂ ਜੀਤੇਤੀ ਹੋ ਰੱਬਾ ਆ ਜਾ ਕਿਧਰੋਂ ਛੇਤੀ ਹੋ ਰੱਬਾ ਆ ਜਾ ਕਿਧਰੋਂ ਛੇਤੀ ਸੁਣ ਖਬਰਾਂ ਨੁਕਸਾਨ ਦੀਆਂ ਇਹ ਸਰਕਾਰ ਵੱਡਣ ਨੂੰ ਫਿਰਦੀ ਏ ਹੁਣ ਜੜਾ ਕਿਸਾਨ ਦੀਆਂ ਇਹ ਸਰਕਾਰ ਵੱਡਣ ਨੂੰ ਫਿਰਦੀ ਏ ਹੁਣ ਜੜਾ ਕਿਸਾਨ ਦੀਆਂ ਪੱਲੇ ਅੰਦਾਤਾ ਦੇ ੱੱਕੇ ਕਹਿੰਦੇ ਮੁੱਲ ਨਹੀਂ ਮਿਲਣੇ ਪੱਕੇ ਓ ਪੱਲੇ ਅੰਦਾਤਾ ਦੇ ਤੱਕੇ ਕਹਿੰਦੇ ਮੁੱਲ ਨਹੀਂ ਮਿਲਣੇ ਪੱਕੇ ਹੋ ਟੁੱਟ ਗਏ ਸਬਰਾਂ ਵਾਲੇ ਨੱਕੇ ਓ ਟੁੱਟ ਗਏ ਸਬਰਾਂ ਵਾਲੇ ਨੱਕੇ ਫਿਕਰਾ ਪਈਆਂ ਜਾਨ ਦੀਆਂ ਸੈਂਟਰ ਸਰਕਾਰ ਵੱਡਣ ਨੂੰ ਫਿਰਦੀ ਏ ਜੜਸ ਕਿਸਾਨ ਦੀਆਂ ਓ ਜੜਾ ਕਿਸਾਨ ਦੀਆਂ ਸੈਂਟਰ ਸਰਕਾਰ ਵੱਡਣ ਨੂੰ ਫਿਰਦੀ ਏ ਹੁਣ ਜੜਾ ਕਿਸਾਨ ਦੀਆਂ ਹੋ ਇਹ ਸਾਰੇ ਲੋਕਾਂ ਦੀ ਆਵਾਜ਼ ਆਏ ਸਾਰੇ ਲੋਕਾਂ ਦੀ ਆਵਾਜ਼ ਜੀ ਬਹੁਤ ਵਧੀਆ ਤੁਸੀਂ ਪੰਜਾਬ ਦੇ ਜੋ ਹਾਲਾਤ ਨੇ ਉਸ ਤੇ ਹਮੇਸ਼ਾ ਹੀ ਇਦਾਂ ਦੇ ਤੁਸੀਂ ਲਿਖਦੇ ਰਹਿੰਦੇ ਹੋ ਬਹੁਤ ਸੋਹਣਾ ਗਾਉਂਦੇ ਹੋ ਤੇ ਲਿਖਾਉਂਦੇ ਵੀ ਹੋ ਆਪਣੇ ਜੋ ਤੁਹਾਡੇ ਲੇਖਕ ਨੇ ਉਹਨਾਂ ਤੋਂ ਵਧੀਆ ਲਿਖਾਉਂਦੇ ਹੋ ਤੇ ਵਧੀਆ ਗਾਉਂਦੇ ਹੋ ਪੰਜਾਬ ਦੇ ਹਾਲਾਤ ਦਰਸਾਉਂਦੇ ਹੋ ਤੇ ਅੱਗੇ ਤੁਸੀਂ ਨੌਜਵਾਨਾਂ ਨੂੰ ਕਿੱਦਾਂ ਦੀ ਅਪੀਲ ਕਰਾਂਗੇ ਉਹ ਬਈ ਉਹ ਕਿੱਦਾਂ ਇਹ ਸੰਘਰਸ਼ ਨਾਲ ਜੁੜਨ ਤੇ ਆਪਣੇ ਬਜ਼ੁਰਗਾਂ ਦਾ ਸਾਥ ਦੇਣ ਨੌਜਵਾਨਾਂ ਨੂੰ ਤਾਂ ਇਹੀ ਕਹਣਾ ਜੀ ਜੀ ਆਪਣੇ ਮੰਮੀ ਡੈਡੀ ਦੀ ਮਾਂ ਬਾਪ ਦੀ ਦਾਦੇ ਦਾਦੀ ਦੀ ਇੱਜ਼ਤ ਕਰੋ ਵੱਧ ਤੋਂ ਵੱਧ ਜਿੰਨੀ ਹੋ ਸਕਦੀ ਹੈ ਓਨੀ ਕਰਤਾ ਜੀ ਕਿਉਂਕਿ ਉਹਨਾਂ ਨੇ ਤੁਹਾਨੂੰ ਪਾਲ ਪੋਸ ਕੇ ਵੱਡਾ ਕੀਤਾ ਇਹ ਜ਼ਮੀਨ ਨੇ ਤੁਹਾਨੂੰ ਰੋਟੀ ਦਿੱਤੀ ਹੈ ਤੁਹਾਨੂੰ ਛੋਟੇ ਹੁੰਦਿਆਂ ਨੂੰ ਇਹ ਰੋਟੀ ਜ਼ਮੀਨ ਨੇ ਦਿੱਤੀ ਹੈ ਇਹ ਜ਼ਮੀਨਾਂ ਨੂੰ ਸੰਭਾਲ ਕੇ ਰੱਖੋ ਕਿਸੇ ਨੂੰ ਨਾ ਦਿਓ ਕਿਸਾਨਾਂ ਦਾ ਸਾਥ ਦਿਓ ਜੀ ਜਿੰਨਾ ਵੀ ਹੋ ਸਕੇ ਮੈਂ ਸਾਰਿਆਂ ਨੂੰ ਕਹਿਣਾ ਹਨਾ ਕਿਸਾਨਾਂ ਦਾ ਸਾਥ ਦਿਓ ਹੱਸਦੇ ਬਸਦੇ ਰਹੋ ਰਹੋ ਵੀਰੇ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਇਹ ਸੰਭਾਈ ਚਮਕੌਰ ਖਟੜਾ ਜਿਨ੍ਹਾਂ ਨੇ ਕਿਹਾ ਕਿ ਜ਼ਮੀਨ ਸਾਡਾ ਸਭ ਕੁਸਾ ਹੈ ਜ਼ਮੀਨ ਤੋਂ ਬਗੈਰ ਕਿਸਾਨ ਦੀ ਕੋਈ ਹੋਂਦ ਨਹੀਂ ਜ਼ਮੀਨ ਬਚਾਉਣ ਵਾਸਤੇ ਅਸੀਂ ਕਿਸੇ ਵੀ ਹੱਦ ਤੱਕ ਜਾਵਾਂਗੇ ਤੇ ਜੇ ਹੋਇਆ ਲੜਾਂਗੇ ਵੀ ਮਰਾਂਗੇ ਵੀ ਪਾਸੋ ਤੋਂ ਮਨਵਿੰਦਰ ਸਿੰਘ ਟਵਾਣਾ ਪੰਜਾਬੀ ਲੋਕ ਚੈਨਲ